ਦਰਬਾਰ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਅਕਾਲ ਪੁਰਖੀ ਹੁਕਮ ਜਿਹੜਾ ਪੀਰੀ ਦਾ ਉਹ ਮੀਰੀ ਵੀ ਉਹਦੇ ਅਧੀਨ ਰਹੇ ਅਤੇ ਉਹਦੇ ਅਨੁਸਾਰ ਚੱਲੇ। ਇਹ ਦੋਨਾਂ ਦਾ ਸੁਮੇਲ ਹੈ ਸਿੱਖੀ ਦੇ ਵਾਸਤੇ, ਸਿੱਖ ਰਾਜ ਦੇ ਵਾਸਤੇ। ਬੰਦਾ ਸਿੰਘ ਬਹਾਦਰ ਦਾ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਰਾਜ ਹੈ ਜਦੋਂ ਹਲਵਾਹਕ ਜ਼ਮੀਨਾਂ ਦੇ ਮਾਲਕ ਬਣੇ। ਤੁਸੀਂ ਦੇਖੋ ਕਦੇ ਹੋ ਸਕਦਾ ਕਿ ਕਰ ਨਾ ਉਗਰਾਇਆ ਜਾਵੇ, ਜਗੀਰੂ ਸਿਸਟਮ ਨਾ ਹੋਵੇ, ਕਿਰਤੀ ਬੰਦਾ ਹੀ ਜ਼ਮੀਨ ਦਾ ਮਾਲਕ ਹੋਵੇ? ਇੱਦਾਂ ਵੀ ਰਾਜ ਦੁਨੀਆ 'ਚ ਹੋਇਆ? ਕਦੇ ਹੋ ਸਕਦਾ ਕਿ ਦਿੱਲੀ ਦਾ ਲਾਲ ਕਿਲ੍ਹਾ ਇੱਕ ਵਾਰੀ ਨਹੀਂ ਦਰਜਨਾਂ ਵਾਰੀ ਫਤਿਹ ਕੀਤਾ ਹੋਵੇ? ਫਤਿਹ ਕਰਕੇ ਲਾਲਚ ਕੁਛ ਨਹੀਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ, ਐਡੀ ਵੱਡੀ ਅਵਸਥਾ ਸਿੱਖ ਦੀ ਕਿ ਲੈਣਾ ਹੈ ਪਰ ਇਹ ਮੰਜ਼ਿਲ ਨਹੀਂ ਹੈ। ਸਾਡਾ ਤਾਂ ਸਿਧਾਂਤ ਇਹ ਹੈ ਕਿ ਜਾਬਰ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਉਹਦੇ ਉਲਟ ਖੜਨਾ ਤੇ ਉਸ ਦੇ ਖਿਲਾਫ ਬੋਲਣਾ। ਜਿਹੜੀ ਹਕੂਮਤ ਚਾਹੇ ਔਰੰਗਜ਼ੇਬ ਦੀ ਸੀ ਸਿੱਖਾਂ ਨੇ ਉਹਨੂੰ ਚੁਣੌਤੀ ਦਿੱਤੀ, ਹਕੂਮਤ ਚਾਹੇ ਅੰਗਰੇਜ਼ ਦੀ ਸੀ ਉਹਨੂੰ ਚੁਣੌਤੀ ਦਿੱਤੀ, ਹਕੂਮਤ ਚਾਹੇ ਇੰਦਰਾ ਦੀ ਸੀ ਉਹਨੂੰ ਚੁਣੌਤੀ ਦਿੱਤੀ, ਹਕੂਮਤ ਚਾਹੇ ਮੋਦੀ ਦੀ ਹੈ ਉਹਨੂੰ ਚੁਣੌਤੀ ਦੇ ਰਹੇ ਨੇ। ਇਹ ਖਾਲਸਾ ਸਪਿਰਿਟ ਹੈ। ਇਹਦੇ ਨਾਲ ਇਹ ਨਹੀਂ ਦੇਖਿਆ ਕਿ ਇਹ ਬੰਦਾ ਕੌਣ ਹੈ, ਸਟੇਟ ਹੈ। ਸਾਡੀ ਲੜਾਈ ਸਟੇਟ ਦੇ ਨਾਲ ਆ, ਸਟੇਟ ਵੀ ਉਹ ਜਿਹੜੀ ਲੋਕਾਂ 'ਤੇ ਜੁਰਮ ਕਰਦੀ ਹੈ। ਸਿੱਖਾਂ ਦਾ ਜੇ ਆਪਾਂ ਇਤਿਹਾਸ 'ਚੋਂ ਕਿਰਦਾਰ ਲੱਭਦੇ ਤਾਂ ਇਹੀ ਹੈ ਵੀ ਜਦੋਂ ਮਜ਼ਲੂਮ ਮੁਸਲਮਾਨ ਹੁੰਦਾ ਤਾਂ ਅਸੀਂ ਉਹਦੇ ਨਾਲ ਖੜ੍ਹਦੇ ਹਾਂ, ਜੇ ਮਜ਼ਲੂਮ ਹਿੰਦੂ ਹੁੰਦਾ ਤਾਂ ਅਸੀਂ ਉਹਦੇ ਨਾਲ ਖੜ੍ਹੇ ਹਾਂ, ਇਤਿਹਾਸ ਸਾਡਾ ਗਵਾਹ। ਪਰ ਜਦੋਂ ਅਸੀਂ ਮਜ਼ਲੂਮ ਹੁੰਦੇ ਹਾਂ, ਸਾਡੇ 'ਚੋਂ ਕੋਈ ਬੰਦਾ ਇਹੀ ਸਿੱਚੀ ਹੁੰਦਾ ਤਾਂ ਉਹਦੇ ਨਾਲ ਕੋਈ ਨਹੀਂ ਖੜ੍ਹਦਾ, ਉਹਦੀ ਵੀ ਉਹ ਕੋਈ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਤਾਂ ਆਪਦਾ ਆਪ ਹੀ ਸਾਰ ਲੂੰਗਾ, ਮੈਨੂੰ ਤੁਹਾਡੀ ਲੋੜ ਨਹੀਂ। ਕਿਉਂਕਿ ਸਾਡੇ 'ਚ ਇੱਕ ਉਹ ਜ਼ਰੂਰਤ ਵੀ ਮਰੇ ਨੇ ਪਾਈ ਆ ਕਿ ਭਾਈ ਜਿੱਥੇ ਮੇਰੇ ਸਿਰ 'ਤੇ ਬਣ ਗਈ ਤਾਂ ਮੈਂ ਆਪੇ ਕੱਟ ਲੈਣੀ ਆ। ਗੁਰੂ ਸਾਹਿਬ ਦਾ ਸਿਧਾਂਤ ਹੀ ਹੈ ਜੀ। ਤੁਸੀਂ ਦੇਖੋ ਜਿਹੜਾ ਲਤਾੜਿਆ ਕਮਜ਼ੋਰ ਆ ਉਹਦੇ ਆਸਰਾ ਬਣਨਾ, ਸਥਾਪਤੀ ਦੇ ਉਲਟ ਖੜਨਾ। ਇੱਕ ਬੜੀ ਚਰਚਿਤ ਜੀ ਗੱਲ, ਕੁਛ ਬੰਦੇ ਇਤਰਾਜ਼ ਵੀ ਕਰਦੇ ਜੀ, ਜੀ ਤੁਸੀਂ ਤਾਂ ਆਲੋਚਕ ਹੀ ਹੋ, ਜੇ ਅਕਾਲੀਆਂ ਦੀ ਸਰਕਾਰ ਆਈ ਤਾਂ ਉਹਦੀ ਆਲੋਚਨਾ ਕੀਤੀ, ਬਾਅਦ 'ਚ ਬਦਲ ਕੇ ਕਾਂਗਰਸ ਆਈ ਉਹਨੂੰ ਮਾੜਾ ਕਹਿਣ ਲੱਗ ਗਏ, ਅੱਜ ਆਪ ਵਾਲੇ ਉਹਨੂੰ ਮਾੜਾ ਕਹਿਣ ਲੱਗ ਗਏ। ਮੈਂ ਕਿਹਾ ਪੰਜਾਬੀ 'ਚ ਇੱਕ ਮੁਹਾਵਰਾ ਹੈ, ਉਹ ਹੈ ਚੋਰ ਅਤੇ ਕੁੱਤੀ ਦਾ ਰਲਣਾ। ਉਹ ਕਿਵੇਂ ਰਲਦੇ ਨੇ? ਸਥਾਪਤੀ ਅਤੇ ਸਥਾਪਤੀ 'ਤੇ ਪਹਿਰਾ ਦੇਣ ਵਾਲੇ, ਉਹਦੇ ਉਲਟ। ਸਾਡਾ ਤਾਂ ਸਿਧਾਂਤ ਇਹ ਹੈ ਕਿ ਜਾਬਰ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਉਹਦੇ ਉਲਟ ਖੜਨਾ ਅਤੇ ਉਸ ਦੇ ਖਿਲਾਫ ਬੋਲਣਾ। ਜਿਹੜੀ ਹਕੂਮਤ ਚਾਹੇ ਔਰੰਗਜ਼ੇਬ ਦੀ ਸੀ ਸਿੱਖਾਂ ਨੇ ਉਹਨੂੰ ਚੁਣੌਤੀ ਦਿੱਤੀ, ਹਕੂਮਤ ਚਾਹੇ ਅੰਗਰੇਜ਼ ਦੀ ਸੀ ਉਹਨੂੰ ਚੁਣੌਤੀ ਦਿੱਤੀ, ਹਕੂਮਤ ਚਾਹੇ ਇੰਦਰਾ ਦੀ ਸੀ ਉਹਨੂੰ ਚੁਣੌਤੀ ਦਿੱਤੀ, ਹਕੂਮਤ ਚਾਹੇ ਮੋਦੀ ਦੀ ਹੈ ਉਹਨੂੰ ਚੁਣੌਤੀ ਦੇ ਰਹੇ ਨੇ। ਇਹ ਖਾਲਸਾ ਸਪਿਰਿਟ ਹੈ। ਇਹਦੇ ਨਾਲ ਇਹ ਨਹੀਂ ਦੇਖਿਆ ਕਿ ਇਹ ਬੰਦਾ ਕੌਣ ਹੈ, ਸਟੇਟ ਹੈ। ਸਾਡੀ ਲੜਾਈ ਸਟੇਟ ਦੇ ਨਾਲ ਆ, ਸਟੇਟ ਵੀ ਉਹ ਜਿਹੜੀ ਲੋਕਾਂ 'ਤੇ ਜੁਰਮ ਕਰਦੀ ਹੈ। ਇਹ ਆਉਣੀ ਕਿ ਸਟੇਟ ਦੇ ਨਾਲ ਐਵੇਂ ਲੜੀ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਤਖ਼ਤ ਦੇ ਰਾਜਾ ਉਹ ਬਿਠਾਓ ਜਿਹੜਾ ਤਖ਼ਤ ਦੇ ਲਾਇਕ ਹੈ। ਅਤੇ ਗੁਰੂ ਸਾਹਿਬ ਦਾ ਇਹ ਬਚਨ, ਜੇ ਗੁਰੂ ਸਾਹਿਬ ਦੇ ਪ੍ਰਵਚਨ ਨੂੰ ਅਸੀਂ ਸਮਝਦੇ ਹਾਂ ਤਾਂ ਅੱਜ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਜਦੋਂ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ, ਇਹੀ ਹੈ ਕਿ ਦਰਬਾਰ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਅਕਾਲ ਪੁਰਖੀ ਹੁਕਮ ਜਿਹੜਾ ਪੀਰੀ ਦਾ ਉਹ ਮੀਰੀ ਵੀ ਉਹਦੇ ਅਧੀਨ ਰਹੇ ਅਤੇ ਉਹਦੇ ਅਨੁਸਾਰ ਚੱਲੇ। ਇਹ ਦੋਨਾਂ ਦਾ ਸੁਮੇਲ ਹੈ ਸਿੱਖੀ ਦੇ ਵਾਸਤੇ, ਸਿੱਖ ਰਾਜ ਦੇ ਵਾਸਤੇ। ਕਿਉਂ ਉਸ ਦੀ ਭਾਵਨਾ ਦਾ ਅਸੀਂ ਦੋਹੇ ਦੇ ਵਿੱਚ ਰੋਜ਼ ਪ੍ਰਗਟਾਵਾ ਕਰਦੇ ਹਾਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਇਹ ਗੱਲ ਦੇਖੀ ਹੈ, ਬੰਦਾ ਸਿੰਘ ਬਹਾਦਰ ਦਾ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਰਾਜ ਹੈ ਜਦੋਂ ਹਲਵਾਹਕ ਜ਼ਮੀਨਾਂ ਦੇ ਮਾਲਕ ਬਣੇ। ਤੁਸੀਂ ਦੇਖੋ ਕਦੇ ਹੋ ਸਕਦਾ ਕਿ ਕਰ ਨਾ ਉਗਰਾਇਆ ਜਾਵੇ, ਜਗੀਰੂ ਸਿਸਟਮ ਨਾ ਹੋਵੇ,
ਕਿਰਤੀ ਬੰਦਾ ਹੀ ਜ਼ਮੀਨ ਦਾ ਮਾਲਕ ਹੋਵੇ, ਇੱਦਾਂ ਵੀ ਰਾਜ ਦੁਨੀਆਂ 'ਚ ਹੋਇਆ? ਅਜੇ ਮੁਲਾਂਕਣ ਨਹੀਂ ਹੋਇਆ, ਜਿੱਦਣ ਮੁਲਾਂਕਣ ਹੋਇਆ ਉੱਦਣ ਪਤਾ ਲੱਗੂ ਕਿ ਇਤਿਹਾਸ ਇੱਦਾਂ ਦਾ ਵੀ ਰਾਜ ਹੋਇਆ। ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ 50 ਸਾਲ ਦਾ ਸਮਾਂ, ਵੈਂਚਰਾ ਵਰਗੇ ਨੌਕਰੀਆਂ ਕਰਨ ਆਉਣ, ਉੱਥੇ ਜਾ ਕੇ ਉਹਨਾਂ ਨੂੰ ਕਹਿਣ ਵੀ ਤੇਰੇ ਅਧੀਨ ਅਸੀਂ ਕਰਦੇ ਹਾਂ, ਅਤੇ ਸ਼ਰਤਾਂ ਦੋ ਹੁਣ, ਸਿਗਰਟ ਨਹੀਂ ਪੀਣੀ ਅਤੇ ਦਾੜ੍ਹੀ ਨਹੀਂ ਕੱਟਣੀ, ਤੁਸੀਂ ਲਓ ਸਜੋ ਇੱਥੇ ਪੂਰੇ। ਅਤੇ ਉੱਥੇ 50 ਸਾਲ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ, ਪਰ ਕੈਪਟਾ ਇਨਕਮ ਸਭ ਤੋਂ ਉੱਤੇ, ਜੇ ਇਤਿਹਾਸ ਦੇ ਵਿੱਚ ਦੇਖੋ ਲਿਟਰੇਸੀ ਰੇਟ ਸਭ ਤੋਂ ਉੱਪਰ। ਉਸ ਵੇਲੇ ਇੰਗਲੈਂਡ ਦੇ ਵਿੱਚੋਂ ਜਿਹੜੀ ਸਰਕਾਰ ਦੇਸ਼ 'ਤੇ ਰਾਜ ਕਰਨ ਦਾ ਹੀ ਸੁਪਨਾ ਦੇਖ ਰਹੀ ਸੀ, ਉਹਦੇ ਪਾਉਂਡ 'ਤੇ ਰੁਪਈਆਂ ਦੀ ਕੀਮਤ ਦੇਖੋ, 1 ਰੁਪਏ ਦੇ 13 ਪਾਉਂਡ ਬਣਦੇ ਸੀ। ਅਤੇ ਅੱਜ ਮੈਨੂੰ ਲੱਗਦਾ 1 ਪਾਉਂਡ ਦੇ ਕਿੰਨੇ ਰੁਪਏ ਬਣਦੇ ਆ ਤਾਂ ਉਹ ਦੇਖ ਸਕਦੇ ਆ। ਆਹ ਦੇਖੋ ਆਹ ਸਾਡੀ ਇਹ, ਪਰ ਅਸੀਂ ਦੱਸਦੇ ਨਹੀਂ। ਸੋ ਆਹ ਸੋਚ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜੀ। ਮੈਂ ਕਿਤੇ ਜ਼ਿਕਰ ਪੜ੍ਹ ਰਿਹਾ ਸੀ, ਕਹਿੰਦੇ ਵੀ ਹਲ ਵਾਹਕਾਂ ਨੂੰ ਜ਼ਮੀਨ ਦੇ ਤੀ, ਜਿਹੜੇ ਹਲ ਵਾਹੁੰਦੇ ਸੀ, ਜਿੰਨੀ ਦੀ ਥਾਂ 'ਤੇ ਵਾਹੁੰਦੇ ਭਾਈ ਤੁਹਾਡੀ ਆ, ਹੁਣ ਇਹਦਾ ਕਿਸੇ ਨੂੰ ਮਾਮਲਾ ਨਹੀਂ ਦੇਣਾ, ਜਗੀਰਦਾਰੀ ਸਿਸਟਮ ਖਤਮ ਕਰਤਾ। ਜਿਹੜੇ ਕੰਮੀ ਸਿੱਖ ਸੀਗੇ ਉਹ ਕਹਿੰਦੇ ਬਾਬਾ ਜੀ ਵੀ ਤੁਸੀਂ ਇਹਨਾਂ ਨੂੰ ਤਾਂ ਜ਼ਮੀਨਾਂ ਦੇ ਤੀਆਂ, ਵੀ ਅਸੀਂ ਕਹਿੰਦੇ ਤੁਸੀਂ ਫੌਜ 'ਚ ਆਓ, ਆਪਣੇ ਨਾਲ ਫੌਜ 'ਚ ਭਰਤੀ ਕਰ ਲਈ। ਅਤੇ ਨਾਲ ਇੱਕ ਹੁਕਮਨਾਮਾ ਕੱਢਿਆ, ਕਹਿੰਦੇ ਵੀ ਜਦੋਂ ਕੋਈ ਫੌਜੀ ਪਿੰਡ ਛੁੱਟੀ 'ਤੇ ਜਾਊਗਾ ਤਾਂ ਪਿੰਡ ਦੀ ਪੰਚਾਇਤ ਉਹਨੂੰ ਬੰਨੇ ਤੋਂ ਲੈ ਕੇ ਜਾਊਗੀ ਸਨਮਾਨ ਸਹਿਤ, ਅਤੇ ਜਿੰਨੇ ਦਿਨ ਉਹ ਪਿੰਡ ਰਹੂਗਾ ਕੋਈ ਪੰਚਾਇਤ ਉਹ ਤੋਂ ਬਿਨਾਂ ਨਹੀਂ ਹੋਊਗੀ। ਪੰਚਾਇਤ 'ਚ ਉਹਦਾ ਕੰਸਰਨ ਆ ਜਿਹੜਾ ਲਿਆ ਜਾਊਗਾ ਵੀ ਤੁਸੀਂ ਦੱਸੋ ਮਹਾਰਾਜ ਤੁਸੀਂ ਦੇਸ਼ ਸੇਵਾ ਕਰਦੇ ਹੋ, ਤੁਹਾਡਾ ਕੀ ਵਿਚਾਰ ਆ। ਮਤਲਬ ਜਦੋਂ ਕਿਸੇ ਡਿੱਗੀ ਕੌਮ ਨੂੰ ਚੱਕਣਾ ਹੁੰਦਾ ਉਹ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਹੀ ਚੱਕਣਾ ਪੈਂਦਾ। ਆਹ ਤੁਹਾਡਾ ਇਤਿਹਾਸਿਕ ਹਵਾਲਾ, ਤੁਸੀਂ 20-30 ਸਾਲ ਪਿੱਛੇ ਪੰਜਾਬ ਚਲੇ ਜਾਓ, ਪਿੰਡ ਦੇ ਵਿੱਚ ਕੋਈ ਫੌਜੀ ਚੰਗਾ ਹੁੰਦਾ ਸੀ, ਸਾਰਾ ਪਿੰਡ ਕਹਿੰਦਾ ਸੀ ਉਹ ਫੌਜੀ ਨੂੰ ਸੱਦੋ ਯਾਰ ਫੈਸਲਾ ਕਰਨ, ਨਹੀਂ ਲੱਗਦੀ ਸੀ। ਹਾਂ ਹੁਣ ਤੱਕ ਉਹ ਚੱਲਦਾ ਰਿਹਾ, ਪਰ ਐਕਸਪੀਰੀਅੰਸ ਆ ਬੰਦੇ ਦਾ। ਕਿਉਂ ਹੁਣ ਅਸੀਂ ਸਿੱਖ ਰਾਜ ਦੀ ਗੱਲ ਜਿਹੜੀ ਆ ਵਾਰ-ਵਾਰ ਉਹਨੂੰ ਵਿਚਾਰਦੇ ਹਾਂ ਕਿ ਉਹ ਬਿਊਟੀ ਹੈ ਨਾ ਜਿਹੜੀ, ਉਹ ਖੂਬੀ ਹੈ, ਉਹ ਜਿਹੜੀ ਨੇਸ਼ਨ ਸਟੇਟ ਵਾਲੀ ਅੱਜ ਚੱਲ ਰਹੀ ਹੈ, ਜਿਹੜੀ ਸਟੇਟ ਅੱਜ ਡਿਫਰੈਂਟ ਕਿਸਮ ਦਾ ਇੱਕ ਅੱਤਿਆਚਾਰ ਕਰ ਰਹੀ ਹੈ, ਉਹ ਨਹੀਂ ਲੋਕ ਰਾਜ। ਲੋਕ ਰਾਜ ਤਾਂ ਹੀ ਬੰਦਾ ਸਿੰਘ ਬਹਾਦਰ ਦਾ ਲੋਕ ਰਾਜ, ਕਿਉਂਕਿ ਨੇ ਲੋਕਾਂ ਦਾ ਆਪਣਾ ਰਾਜ ਹੈ। ਜੇਕਰ ਤੁਸੀਂ ਸਿੱਖ ਰਾਜ ਦਾ ਸੰਕਲਪ ਪੜ੍ਹਨਾ ਤਾਂ ਮੈਂ ਦਰਸ਼ਕਾਂ ਨੂੰ ਵੀ ਇਹ ਗੁਜ਼ਾਰਿਸ਼ ਕਰਾਂਗਾ ਕਿ ਡਾਕਟਰ ਜਸਪਾਲ ਸਿੰਘ ਹੋਰਾਂ ਦੀ ਕਿਤਾਬ ਆ ਰਾਜ ਦਾ ਸਿੱਖ ਸੰਕਲਪ, ਡਾਕਟਰ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਦੀ ਕਿਤਾਬ ਦੇ ਵਿੱਚ ਉਹ ਥੋਰੋ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਕਾਇਦਾ ਸਿਧਾਂਤਕ ਨੁਕਤਿਆਂ 'ਤੇ ਕੱਢ ਕੇ ਰਾਜ ਦਾ ਸਿੱਖ ਸੰਕਲਪ, ਰਾਜ ਕਰਨ ਦਾ ਸਿੱਖੀ ਦਾ ਸੰਕਲਪ ਕੀ ਆ, ਆਹ ਆ ਆ ਫਿਰ ਉਹਦੀ ਟੈਸਟੀਮੋਨੀਅਲ ਦਿੱਤੇ ਆ ਇਤਿਹਾਸ 'ਚੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੇਰੇ ਪੰਜਾਬ ਤੋਂ ਲੈ ਕੇ ਮਿਸਲਾਂ ਤੋਂ ਲੈ ਕੇ, ਕਦੇ ਹੋ ਸਕਦਾ ਕਿ ਦਿੱਲੀ ਦਾ ਲਾਲ ਕਿਲ੍ਹਾ ਇੱਕ ਵਾਰੀ ਨਹੀਂ ਦਰਜਨਾ ਵਾਰੀ ਫਤਿਹ ਕੀਤਾ ਹੋਵੇ, ਫਤਿਹ ਕਰਕੇ ਲਾਲਚ ਕੁਛ ਨਹੀਂ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ, ਐਡੀ ਵੱਡੀ ਅਵਸਥਾ ਸਿੱਖ ਦੀ ਕਿ ਲੈਣਾ ਹੈ ਪਰ ਇਹ ਮੰਜ਼ਿਲ ਨਹੀਂ ਹੈ। ਮੈਂ ਕਿਤੇ ਪੜ੍ਹਦਾ ਸੀਗਾ ਮੰਜ਼ਿਲ ਨਹੀਂ ਹੈ ਇਹ, ਤੂੰ ਅੱਗੇ ਆ ਵੀ ਉਹ ਕਹਿੰਦੇ ਵੀ ਜਦੋਂ ਗੁਰੂ ਤੇ ਰਾਜ ਸਾਹਮਣੇ ਹੋਣਗੇ ਫਿਰ ਮੈਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਉਦੋਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਮੇਰੇ ਲਈ ਪਹਿਲੀ ਚੀਜ਼। ਪਰ ਇਹਦਾ ਮਤਲਬ ਇਹ ਨਹੀਂ ਮੈਂ ਰਾਜ ਨਹੀਂ ਲੈਣਾ, ਇਹਦਾ ਮਤਲਬ ਇਹ ਨਹੀਂ। ਤੁਸੀਂ ਦੇਖੋ ਇਹਦੀ ਸਭ ਤੋਂ ਵੱਡੀ ਉਦਾਹਰਨ ਹੈ ਗੁਰੂ ਗ੍ਰੰਥ ਸਾਹਿਬ। ਹਾਂਜੀ
ਗੁਰੂ ਗ੍ਰੰਥ ਸਾਹਿਬ ਦੀਆਂ ਅਸੀਂ ਦੇਖਦੇ ਹਾਂ ਕਿ ਇਤਿਹਾਸ ਨੂੰ ਵਿਗਾੜਨ ਦੀਆਂ ਪਰਿਭਾਸ਼ਾਵਾਂ ਜਿਹੜੀਆਂ, ਪਹਿਲੀ ਗੱਲ ਤਾਂ ਜਿਹੜੀ ਤੁਸੀਂ ਜਿਵੇਂ ਗੱਲ ਕੀਤੀ ਕਿ ਮੁਸਲਮਾਨ 'ਤੇ ਧੱਕਾ ਹੋਇਆ ਸਿੱਖ ਉਸ ਨਾਲ ਹੈ, ਬਿਲਕੁਲ ਹੈ, ਆ ਹੋਏ ਪਿੱਛੇ ਜੇ ਜਦੋਂ ਕੱਢੇ ਗਏ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਦੇ ਪਰਿਵਾਰਾਂ ਨੇ ਆਪਣੇ ਘਰਾਂ 'ਚ ਸ਼ਰਨ ਦਿੱਤੀ, ਹਿੰਦੂ ਨਾਲ ਧੱਕਾ ਹੋਇਆ ਤਾਂ ਉਹਦੀ ਬਾਂਹ ਫੜਨੀ ਹੈ, ਜਨੇਊ ਨਾਲ ਉਹਨਾਂ ਦੇ ਸੂਤਕ ਪਾਤਕ ਨਾਲ ਮੂਰਤੀ ਪੂਜਾ ਨਾਲ ਬਹੁਤ ਸ਼ੁਰੂਆਤ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਤੁਹਾਡੇ ਨਾਲ ਧੱਕਾ ਵੀ ਕਿਉਂ ਹੋਵੇ ਬਈ? ਗੁਰੂ ਤੇਗ ਬਹਾਦਰ ਸਾਹਿਬ ਨੇ ਆਹ ਜਿਹੜਾ ਜਿਹੜੇ ਸਰਕਾਰੀ ਟੁੱਕੜ ਬੋਚ ਇਹ ਕਹਿ ਰਹੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਸਨ ਜਾਂ ਬਿਰਤਾਂਤ ਵਿਗਾੜ ਕੇ ਸ਼ਰਾਰਤ ਕਰ ਰਹੇ ਨੇ, ਸਰਕਾਰਾਂ ਆਪ ਕਰਾ ਰਹੀਆਂ ਨੇ ਕਿਉਂਕਿ ਹਕੂਮਤ ਚਾਹੁੰਦੀ ਹੈ ਕਿ ਕੋਈ ਨਾ ਕੋਈ ਵਿਵਾਦ ਖੜ੍ਹਾ ਰਹੇ ਅਤੇ ਕੋਈ ਨਾ ਕੋਈ ਫਿਰ ਗਾਟਾ ਲਾਵੇ ਅਤੇ ਫਿਰ ਲੜਾਈ ਪਵੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਖੁਦ ਕਰਾਉਂਦੀ ਹੈ, ਇਹ ਬੜੀ ਅਫਸੋਸਨਾਕ ਹੈ। ਪਰ ਸਿੱਖ ਦਾ ਮਤਲਬ ਇਹ ਨੀਗਾ ਕਿ ਉਹ ਹਿੰਦੂ ਹੋ ਕੇ ਹਿੰਦੂ ਦੀ ਰੱਖਿਆ ਕਰੇ, ਸਿੱਖ ਸਿੱਖ ਹੋ ਕੇ ਹਿੰਦੂ ਦੀ ਰੱਖਿਆ ਕਰਦਾ, ਸਿੱਖ ਆਪਣੇ ਧਰਮ 'ਚ ਪਰਿਪੱਕ ਹੋ ਕੇ ਕਿਸੇ ਕ੍ਰਿਸਚਨ 'ਤੇ ਹਮਲਾ ਹੁੰਦਾ ਹੈ ਜਾਂ ਆਪਣੇ 'ਤੇ ਵੀ ਹੁੰਦਾ, ਫਿਰ ਉਹਨੇ ਬੋਲਣਾ। ਜਸਵੰਤ ਸਿੰਘ ਖਾਲੜਾ ਉਹਨਾਂ ਨੇ ਇਹ ਗੱਲ ਕੀਤੀ, ਉਹ ਕਹਿੰਦੇ ਜੇ ਦੂਸਰਿਆਂ ਦੇ ਵਾਸਤੇ ਅਸੀਂ ਬਚਾਉਣ ਲਈ ਅੱਗੇ ਆ ਸਕਦੇ ਹਾਂ ਤਾਂ ਸਾਡੇ ਨਾਲ ਧੱਕਾ ਉਦੋਂ ਨਹੀਂ ਖੜਿਆ ਹੋਣਾ। ਸਭ ਇਹ ਕਈ ਗੱਲਾਂ ਜਿਵੇਂ ਆਪਾਂ ਸ਼ਬਦਾਵਲੀ 'ਤੇ ਗੱਲ ਕਰ ਰਹੇ ਸੀਗੇ, ਤੇਗ ਬਹਾਦਰ ਧਰਮ ਦੀ ਚਾਦਰ ਤੋਂ ਬਣਾ ਤਾ ਹਿੰਦ ਦੀ ਚਾਦਰ ਜੀ, ਹੈਨਾ। ਹੁਣ ਇੱਕ ਸ਼ਬਦ ਬਦਲ ਲਿਆ, ਉਹ ਸਾਨੂੰ ਉਦੋਂ ਪਤਾ ਹੀ ਨਹੀਂ ਲੱਗਿਆ ਵੀ ਇਹ ਕੀ ਹੋ ਗਿਆ। ਅੱਛਾ ਜਦੋਂ ਉਹਦਾ ਫਿਰ ਸਿੱਟਾ ਨਿਕਲਣ ਲੱਗਿਆ ਜਾ ਕੇ ਬਈ ਨਹੀਂ ਨਹੀਂ ਉਹਨਾਂ ਨੇ ਤਾਂ ਹਿੰਦੂ ਧਰਮ ਦੀ ਗੱਲ ਸੀਗੀ, ਨਾ ਕਿ ਧਰਮ। ਪਹਿਲਾਂ ਹਿੰਦ ਦੀ ਲਿਆਂਦਾ, ਹਿੰਦ ਦੇਸ਼ ਦੀ, ਫਿਰ ਹਿੰਦੂ ਦੀ, ਹੁਣ ਵਾਹ ਲਾ ਲਓ, ਜ਼ੋਰ ਲਾ ਲਓ, ਕੱਢ ਲਓ, ਨਹੀਂ ਨਿਕਲਣਾ, ਨਹੀਂ ਨਿਕਲਦੀ। ਤੁਹਾਡੇ ਗੁਰਦੁਆਰੇ ਦੀ ਸਟੇਜ ਪਿੱਛੇ ਲਿਖਿਆ ਹੁੰਦਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਪ੍ਰਧਾਨ ਮੰਤਰੀ ਬੋਲਦਾ ਹਿੰਦ ਦੀ ਚਾਦਰ, ਜਦੋਂ ਕਿ ਹਿਸਾਬ ਲਿਖਿਆ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਪ੍ਰਗਟ ਭਏ ਗੁਰ ਤੇਗ ਬਹਾਦਰ। ਹੁਣ ਤੁਸੀਂ ਆਹ ਹੀ ਗੱਲ ਜਿਹੜੀ ਇੱਕ ਉਦਾਹਰਣ ਹੈ, ਹੁਣ ਜਿਹੜਾ ਬੰਦਾ ਕਹਿੰਦਾ ਜੀ ਹਿੰਦੂ ਸੀ ਆ, ਪਿੱਛੇ ਜੇ ਬਿਆਨ ਦਿੱਤਾ, ਫਿਰ ਜਦੋਂ ਉਹਦਾ ਹਸ਼ਰ ਜੋ ਹੋਇਆ ਉਹ ਸਾਹਮਣੇ ਹੈ, ਅਫਸੋਸ ਵਾਲੀ ਗੱਲ ਹੈ ਕਿ ਇਹ ਰੋਕਦੇ ਨਹੀਂ। ਹੁਣ ਇਹੋ ਹੀ ਜੀ ਇੱਕ ਨਹੀਂ ਬਿਆਨ, ਇੱਕ ਹੋਰ ਆਉਂਦਾ, ਫਿਰ ਮੈਂ ਉਹਨੂੰ ਆਪਣੇ, ਤੁਸੀਂ ਜਿਸ ਤਰ੍ਹਾਂ ਇੱਕ ਨਾ ਕਹਿੰਦੇ ਹੁੰਦੇ ਤੂਫਾਨਾਂ ਦਾ ਸ਼ਾਹ ਸਵਾਰ, ਤੂਫਾਨ ਤਾਂ ਆਉਣੇ ਆ, ਜਿਹੜੀ ਸਰਕਾਰ ਨਾਲ ਟੱਕਰ ਲਾਈ ਆ ਉਹਦੇ ਨਾਗਪੁਰੀਏ ਵੀ ਬਹੁਤ ਨੇ ਤੇ ਹਰ ਦੇਸ਼ ਵਿਦੇਸ਼ 'ਚ ਨੇ, ਉਹਨਾਂ ਦੇ ਕੋਲੇ ਇੰਟਲੈਕਟ ਬੜਾ, ਉਹਨਾਂ ਕੋਲੇ ਸਰੋਤ ਬੜੇ ਨੇ। ਅਸੀਂ ਕੋਈ ਗੱਲ ਕਰਨੀ ਹੈ ਪਹਿਲਾਂ ਕਹਿਣਾ ਜੀ ਮਾਤੜ ਸਾਥੀ ਦੋ ਚਾਰ ਇਕੱਠੇ ਹੋ ਕੇ ਕਿਵੇਂ ਕਰੀਏ, ਫਿਰ ਬੈਠਣ ਦਾ ਟਾਈਮ ਕਿਰਤੀ ਬੰਦੇ ਜਾ ਕੇ ਬੱਸ 'ਚ ਲਾ ਕੇ ਜਾਂ ਰੀਅਲ ਸਟੇਟ 'ਚ ਆ ਕੇ ਸ਼ਾਮ ਨੂੰ ਚਲੋ ਆ ਜਾਓ ਜੀ ਆਹ ਦੋ ਮਿੰਟ ਹੁਣ ਇੱਧਰ ਵੀ ਲਾ ਲਈਏ, ਹੈਨਾ ਆਪਾਂ ਉਹ ਆ, ਅਤੇ ਇੱਕ ਆ ਉਹ ਹਾਇਰ ਹੀ ਉਸ ਵਾਸਤੇ ਕੀਤੀ ਹੈ, ਸਾਡਾ ਮੁਕਾਬਲਾ ਉਹਨਾਂ ਨਾਲ ਆ। ਪਰ ਹੁਣ ਉੱਥੇ ਹੀ ਜਿਹੜੀ ਗੱਲ ਅਸੀਂ ਸੋਚਣੀ ਹੈ, ਅਸੀਂ ਆਪਣੇ ਬਿਰਤਾਂਤ ਨੂੰ ਸਮਝਣਾ, ਬਿਰਤਾਂਤ ਸਾਡਾ ਕੀ ਹੈ, ਸਾਡਾ ਸਿਧਾਂਤ। ਹੁਣ ਜਦੋਂ ਇਹੋ ਜਿਹੇ ਮੌਕਿਆਂ 'ਤੇ ਅਸੀਂ ਜਿਨ੍ਹਾਂ ਨਾਲ ਟੱਕਰ ਲੈ ਰਹੇ ਹਾਂ, ਸਾਡੀ ਜੜ ਮਜ਼ਬੂਤ ਕਰਨੀ ਹੈ, ਇੱਕੋ ਹੀ ਸਾਡਾ ਇਸ਼ਟ ਹੈ, ਉਹ ਗੁਰੂ ਗ੍ਰੰਥ ਸਾਹਿਬ। ਹੁਣ ਮੈਂ ਇੱਥੋਂ ਹੀ ਗੱਲ ਖਾਸ ਤੌਰ 'ਤੇ ਨੁਕਤੇ 'ਤੇ ਕਰਨੀ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦਾ 1604 ਦੇ ਵਿੱਚ ਪ੍ਰਕਾਸ਼ ਹੋ ਰਿਹਾ ਪਹਿਲਾਂ, ਅਤੇ ਨਾਂ ਹੈ ਬੀੜ ਸਾਹਿਬ, ਗੁਰੂ ਅਰਜਨ ਸਾਹਿਬ ਮੌਜੂਦ ਨੇ, ਗੁਰੂ ਸਾਹਿਬ ਦੇ ਸਨਮੁਖ ਨੇ ਬਾਬਾ ਬੁੱਢਾ ਜੀ, ਹੁਕਮਨਾਮਾ ਸਾਹਿਬ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ ਰਾਮ, ਪ੍ਰਕਾਸ਼ ਹੋ ਰਿਹਾ। ਅਤੇ ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ, ਗੁਰੂ ਸਾਹਿਬ ਤੁਸੀਂ ਬੈਠੋ ਸੁਖਾਸਣ 'ਤੇ। ਗੁਰੂ ਸਾਹਿਬ ਕਹਿੰਦੇ ਸਿੰਘਾਸਣ 'ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰੋ, ਮੈਂ ਇੱਥੇ ਬੈਠਦਾ। ਕਹਿੰਦੇ ਇਹ ਕੀ ਮਤਲਬ, ਸਮੇਂ ਦੇ ਗੁਰੂ ਕੌਣ ਹੋ? ਤੁਸੀਂ ਹੋ ਸਮੇਂ ਦੇ ਗੁਰੂ, ਤੁਸੀਂ ਹੋ। ਇਹ ਠੀਕ ਹੈ ਆਪ ਜੀ ਦੇ ਅਤੇ ਬਾਕੀਆਂ ਦੀ ਸਾਰਿਆਂ ਦੀ ਜਿਹੜੀ ਹੈ ਪੋਥੀ ਸਾਹਿਬ ਉਹ ਲਿਖਤ ਹੈ, ਪਰ ਸਮੇਂ ਦੇ ਗੁਰੂ ਤਾਂ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਨਾਲ ਜਿਹੜਾ ਸਾਨੂੰ ਪ੍ਰੇਰਨਾ ਦਿੱਤੀ, ਉੱਥੇ ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਪੋਥੀ ਪਰਮੇਸ਼ਰ ਕਾ ਥਾਨ, ਇਹ ਪੋਥੀ
ਪਰਮੇਸ਼ਰ ਹੈ, ਪਰਮੇਸ਼ਰ ਭਾਵ ਰੱਬ ਹੈ, ਆਪ ਅਕਾਲ ਪੁਰਖ ਹੈ, ਇਹ ਕੋਈ ਪੋਥੀ ਨਹੀਂ, ਇਹ ਹੈ ਰੱਬ ਹੈ। ਗੁਰੂ ਗੋਬਿੰਦ ਸਿੰਘ ਜੀ, ਹਜ਼ੂਰ ਸਾਹਿਬ, ਗੁਰਤਾ ਗੱਦੀ ਦਾ ਸਮਾਂ ਆ ਗਿਆ ਸਿੱਖ 71, ਅਤੇ ਕਹਿੰਦੇ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਤੁਹਾਨੂੰ। ਗੁਰੂ ਕੌਣ ਹੈ ਤੁਹਾਡਾ? ਗੁਰੂ ਗ੍ਰੰਥ ਸਾਹਿਬ ਜੋ ਹੈ ਇਹੀ ਤੁਹਾਡਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ, ਗੁਰੂ ਮਾਨਿਓ ਗ੍ਰੰਥ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਹੋ ਗਿਆ, ਗੁਰੂ ਇੱਧਰ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਇੱਕ ਹੋਰ, ਪੋਥੀ ਪਰਮੇਸ਼ਰ ਕਾ ਥਾਨ, ਅਤੇ ਦੂਸਰੇ ਪਾਸੇ ਇੱਕ ਹੋਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ, ਗੁਰ ਪਰਮੇਸ਼ਰ ਇੱਕੋ ਜਾਣ। ਹੁਣ ਇਹ ਸਵਾਲ ਹੈ ਸਮੂਹ ਸਿੱਖਾਂ ਨੂੰ, ਸਾਨੂੰ ਆਪਣੇ ਆਪ ਨੂੰ ਵੀ, ਕਿ ਕਿੰਨੇ ਕਾ ਜਾ ਕੇ ਗੁਰੂ ਗ੍ਰੰਥ ਨੂੰ ਇਹ ਕਦੇ ਸਮਝਿਆ ਕਿ ਅੱਜ ਅਸੀਂ ਰੱਬ ਨੂੰ ਸਨਮੋਹ ਹੋ ਕੇ ਮਿਲ ਰਹੇ ਹਾਂ, ਉਹ ਸਾਡਾ ਰੱਬ ਹੈ। ਜਦੋਂ ਕੋਈ ਸਾਨੂੰ ਸਵਾਲ ਕਰਦਾ, ਰੱਬ ਦੇਖਿਆ? ਹਰ ਪਲ ਦੇਖਿਆ। ਗੁਰੂ ਗ੍ਰੰਥ ਸਾਡਾ ਰੱਬ ਹੈ, ਉਹ ਸਾਡਾ ਪਰਮੇਸ਼ਰ ਵੀ ਹੈ, ਉਹ ਸਾਡਾ ਗੁਰੂ ਵੀ ਹੈ। ਦੋ ਅਲੱਗ ਅਲੱਗ ਸਿਧਾਂਤ ਹੁੰਦੇ ਨੇ, ਗੁਰੂ ਅਤੇ ਰੱਬ, ਪਰ ਸਿੱਖ ਇੱਕ ਦੁਨੀਆ 'ਚ ਵਾਹਦ ਹੈ, ਧਾਰਮਿਕ ਸ਼੍ਰੇਣੀ ਦੇ ਵਿੱਚ ਜਿਹਦਾ ਰੱਬ ਅਤੇ ਗੁਰੂ ਇੱਕੋ ਹੀ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ। ਜਿੱਦਣ ਸਾਡੀ ਇਹ ਦ੍ਰਿਸ਼ਟੀ ਹੋ ਗਈ ਨਾ, ਕਿ ਮੈਂ ਤਾਂ ਨਿੱਤ ਤਾਂ ਰੱਬ ਨਾਲ ਗੱਲਾਂ ਕਰਦਾ, ਨਿੱਤ ਮੈਨੂੰ ਰੱਬ ਦੱਸ ਰਿਹਾ, ਰੱਬ ਹੈ ਮੇਰਾ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਤਾਂ ਹੀ ਹੁੰਦੀ ਹੈ। ਬਿਲਕੁਲ ਸਹੀ, ਕਿਉਂਕਿ ਜੇ ਕਿਸੇ ਹੋਰ ਨੇ ਕਿਸੇ ਕੁਝ ਲਿਖਿਆ ਹੋਵੇ ਨਾ, ਉਹਨੂੰ ਸਾੜਨ ਫੂਕਣ ਅਤੇ ਉਸਦੀ ਬੇਅਦਬੀ ਕਰਨ ਦੀ ਲੋੜ ਨਹੀਂ। ਇਹ ਸਪਿਰਿਟ ਦਾ ਪਤਾ ਹੈ, ਇਹ ਪਤਾ ਹੈ। ਜਦੋਂ ਗੁਰੂ ਨਾਨਕ ਜਹਾਜ਼ ਵਾਪਸ ਮੁੜਦਾ, ਜਦੋਂ ਕਹਿੰਦੇ ਨੇ ਕਿ ਗੁਰਦੁਆਰਾ ਸਾਹਿਬ 'ਚ ਅਸੀਂ ਆਪਣੇ ਰੱਬ ਨੂੰ ਪ੍ਰਕਾਸ਼ਮਾਨ ਕਰਨਾ, ਗੋਲੀਆਂ ਚੱਲਦੀਆਂ ਨੇ, ਜਦੋਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਦੇ ਵਾਸਤੇ ਜਾਨ ਤਲੀ 'ਤੇ ਧਰ ਦਿੰਦੇ ਨੇ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਹੋਵੇ, ਚਾਹੇ 1984 ਦਾ ਸਮਾਂ ਹੋਵੇ, ਚਾਹੇ ਬਾਬਾ ਦੀਪ ਸਿੰਘ ਦਾ ਸਮਾਂ ਹੋਵੇ, ਚਾਹੇ ਕੋਈ ਵੀ ਹੋਵੇ, ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਜਦੋਂ ਮੀਰੀ ਪੀਰੀ ਦਾ ਸੰਕਲਪ ਵੀ ਦੇਖਦੇ ਹਾਂ, ਸੰਤ ਸਿਪਾਹੀ ਦਾ ਵੀ ਦੇਖਦੇ ਹਾਂ, ਅਸੀਂ ਉਸ ਵੇਲੇ ਇਹ ਭੁੱਲ ਜਾਂਦੇ ਹਾਂ ਕਿ ਸਾਡਾ ਰੱਬ ਅਤੇ ਗੁਰੂ ਇੱਕ ਹੀ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ, ਪੋਥੀ ਪਰਮੇਸ਼ਰ ਕਾ ਥਾਨ, ਅਤੇ ਦੂਜਾ ਗੁਰ ਪਰਮੇਸ਼ਰ ਇੱਕੋ ਜਾਨ। ਇਹ ਸਾਨੂੰ ਸਭ ਤੋਂ ਜ਼ਰੂਰੀ ਹੈ। ਵੱਡੇ ਘੱਲੂਘਾਰੇ ਦੀ ਇੱਕ ਘਟਨਾ ਜੀ, ਆਪਾਂ ਉਹਦੇ ਨਾਲ ਸਮਾਪਤੀ ਕਰਦੇ ਹਾਂ। ਅੱਧੀ ਕੌਮ ਇੱਕੋ ਦਿਨ ਸ਼ਹੀਦ ਹੋ ਜਾਂਦੀ ਹੈ, 30,000 ਦੇ ਨੇੜੇ ਤੇੜੇ ਗਿਣਤੀ ਦੱਸੀ ਹੈ, ਅਤੇ ਉਹਦੇ ਵਿੱਚ ਮੇਨ ਗੱਲ ਇਹੀ ਸੀ ਕਿ ਜਿਹੜੇ ਗੱਡੇ 'ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀਗੇ, ਉਹਦੀ ਰਾਖੀ ਕਰਨੀ ਹੈ। ਉਹਦੇ ਆਲੇ ਦੁਆਲੇ ਬੀਬੀਆਂ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ ਘੇਰਾ ਘੱਤ ਲਿਆ, ਅਤੇ ਬਾਹਰਲੇ ਪਾਸੇ ਯੋਧੇ ਸਿੰਘ ਆ ਜਿਹੜੇ, ਉਹ ਕਹਿੰਦੇ ਵੀ ਕਿਸੇ ਨੂੰ ਘੇਰਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਬੇਅਦਬੀ ਹੋਣੀ ਚਾਹੀਦੀ। ਜਦੋਂ ਅਸੀਂ ਇਵੇਂ ਮੰਨਣ ਲੱਗ ਗਏ ਆਪਣੇ ਮਨ ਦੇ ਵਿੱਚ ਕਿ ਮੇਰੇ ਜਿਉਂਦਿਆਂ ਮੈਂ ਇਹ ਧਰਤੀ 'ਤੇ ਹੋਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਇਹ ਤਾਂ ਪੋਸੀਬਲ ਨਹੀਂ ਹੈਗਾ। ਮੇਰੇ ਗੁਰੂ ਦੀ ਕੋਈ ਦੇਖ ਵੀ ਕਿਵੇਂ ਜਾਵੇ? ਬੇਅਦਬੀ ਤਾਂ ਦੂਰ ਦੀ ਗੱਲ ਹੈਗੀ ਆ। ਜਿੰਨਾ ਚਿਰ ਅਸੀਂ ਗੁਰ ਪਰਮੇਸ਼ਰ ਇੱਕੋ ਜਾਣ 'ਤੇ ਪਹਿਰਾ ਨਹੀਂ ਦਿੰਦੇ, ਪੋਥੀ ਪਰਮੇਸ਼ਰ ਕਾ ਥਾਨ 'ਤੇ ਪਹਿਰਾ ਨਹੀਂ ਦਿੰਦੇ, ਹੈ ਨਾ, ਜਿੰਨਾ ਚਿਰ ਸਾਨੂੰ ਪੋਥੀ ਪੋਥੀ ਲੱਗਦੀ ਹੈ, ਕਿਉਂਕਿ ਇੱਕ ਸਮਾਂ ਆ ਗਿਆ ਫਿਰ ਉਦੋਂ, ਮਤਲਬ ਗ੍ਰੰਥ ਤੋਂ ਕਿਤਾਬ 'ਤੇ ਗੱਲ ਆ ਗਈ, ਅਤੇ ਉਹਨੂੰ ਹੋਰ ਇਹੋ ਜਿਹੇ ਸ਼ਬਦਾਂ ਦੇ ਨਾਲ ਤੁਲਨਾ ਦੇਣ ਲੱਗ ਗਏ ਬਈ ਜਿੱਥੇ ਕਿਤੇ ਜੀ ਕਰਦਾ ਉਹਨੂੰ ਵਰਤ ਲਓ ਉਸ ਤਰੀਕੇ ਨਾਲ। ਪਰ ਸਾਨੂੰ ਜਾਗਦੇ ਰਹਿਣ ਦੀ ਲੋੜ ਹੈ ਸ਼ਬਦਾਵਲੀ 'ਤੇ, ਅਤੇ ਜਿਹੜੀਆਂ ਬਰੀਕ ਗੱਲਾਂ ਨੇ
ਪੁਰਾਣੇ ਸਿੱਖ ਇਹ 'ਤੇ ਬਹੁਤ ਪਹਿਰਾ ਦਿੰਦੇ ਰਹੇ ਆ। ਇਹ ਸਮੱਸਿਆ ਹੀ ਤਾਂ ਹੀ ਆਉਂਦੀ ਹੈ ਜਿਹੜਾ ਹੋਣ ਵਾਲੀ ਗੱਲ ਹੈ ਨਾ। ਇੱਥੇ ਤੁਸੀਂ ਜਿਹੜੀਆਂ ਕੁਛ ਇਤਿਹਾਸ ਦੇ ਹਵਾਲੇ ਜਿਵੇਂ ਦਿੱਤੇ ਨੇ, ਚਾਹੇ ਉਹ ਵੱਡੇ ਘੱਲੂਘਾਰੇ ਦੇ, ਛੋਟੇ ਘੱਲੂਘਾਰੇ ਦੇ ਜਾਂ ਹੋਰ ਹੈ, ਸਾਨੂੰ ਇੱਥੇ ਸਮੱਸਿਆ ਆ ਜਾਂਦੀ ਹੈ ਕਿ ਅਸੀਂ ਇਹ ਹੁਣ ਇਹ ਵੀ ਨਹੀਂ ਕਿ ਇਹ ਇੱਕ ਸਿਰਫ ਇੱਕ ਜਿਹੜੀ ਮਾਨਤਾ ਜਿਹੜੀ ਹੈ ਔਰਥੋਡੌਕਸ ਬਣਨਾ ਕਿ ਜੀ ਅਸੀਂ ਵੈਸੇ ਹੀ ਮੱਥਾ ਟੇਕੀਏ। ਨਹੀਂ, ਗੁਰੂ ਸਾਹਿਬ ਨੇ ਇਹ ਕਿਹਾ ਗਿਆਨ ਗੁਰੂ ਆਤਮ ਉਪਦੇਸ਼ੋ, ਵੀ ਤੂੰ ਰੱਬ ਨਾਲ ਗੱਲਾਂ ਕਰਨੀਆਂ, ਗੱਲ ਕਰਨੀ ਆਉਂਦੀ ਆ, ਗੱਲ ਕਰਨੀ ਸਿੱਖ, ਪਹਿਲਾਂ ਕਰ ਗੱਲ। ਗਿਆਨ ਦਾ ਗਿਆਨ ਕਬ ਦਾ ਮੰਨ ਰਿਹਾ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਗਿਆਨ ਲੈ, ਗਿਆਨ ਲੈਣ ਲਈ ਅਰਥ ਪੜ੍ਹਨੇ ਪੈਣਗੇ। ਜਿਉਂਦੇ ਜਾਗਦੇ ਕੋਈ 20, 50, 60, 80 ਸਾਲ ਤੁਰ ਜਾਂਦੇ ਨੇ, ਬਾਅਦ ਦੇ ਵਿੱਚ ਸਹਿਜ ਪਾਠ ਕਰਵਾ ਤਾ, ਚਲੋ ਚੰਗੀ ਗੱਲ ਹੈ, ਮਨ ਦੀ ਸ਼ਾਂਤੀ ਹੈ, ਪਰਿਵਾਰ ਪਿੱਛੇ ਬੈਠਾ, ਪਰ ਜਿਉਂਦੇ ਜੀ ਪਾਠ ਵੀ ਨਹੀਂ ਕੀਤਾ, ਅਰਥ ਵੀ ਨਹੀਂ ਵਿਚਾਰੇ, ਫਲ ਸਾਰਾ ਹੀ ਮਿਲਜੂ, ਕਿਵੇਂ ਮਿਲਜੂ? ਉਦੋਂ ਮੌਕਾ ਸੀ ਪਹਿਲਾਂ ਗੱਲਾਂ ਕਰਦਾ ਗੁਰੂ ਨਾਲ, ਬਾਬੇ ਨਾਲ, ਅਕਾਲ ਪੁਰਖ ਨਾਲ ਕਿ ਮੇਰੇ ਆਹ ਸਮੱਸਿਆਵਾਂ, ਆਹ ਸਮਾਧਾਨ ਚਾਹੀਦੇ ਨੇ, ਆਹ ਮੇਰਾ ਜੀਵਨ ਲੋਕ ਪ੍ਰਲੋਕ ਸਫਲਾ ਚਾਹੀਦਾ। ਸਾਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਆਪ ਵਿਚਾਰਨ, ਪੜ੍ਹਨ ਅਤੇ ਅਰਥ ਵਿਚਾਰਨ ਲਈ ਚਾਹੀਦਾ ਕਿ ਅਸੀਂ ਗੁਰਮੁਖੀ ਸਿੱਖੀਏ, ਪੰਜਾਬੀ ਸਿੱਖੀਏ, ਫਿਰ ਗੁਰਮੁਖੀ ਵਿਆਕਰਨ ਹੈ, ਪ੍ਰੋਫੈਸਰ ਸਾਹਿਬ ਸਿੰਘ ਵਰਗਿਆਂ ਦੀਆਂ ਲਿਖਤਾਂ ਨੇ। ਸਾਨੂੰ ਜਿਉਂਦੇ ਜੀ ਹਰੇਕ ਨੂੰ, ਹਰ ਕਿਸੇ ਨੂੰ ਇੱਕ ਸਹਿਜ ਪਾਠ ਕਰਨਾ ਚਾਹੀਦਾ। ਜਿਹੜੇ ਅੱਜ ਅੱਧੀ ਉਮਰ ਤੋਂ ਅਧਕੜ ਜੇ ਗਾਂਹ ਤੁਰ ਗਏ ਨੇ ਨਾ, ਉਹ ਤਾਂ ਹੁਣ ਤਿਆਰ ਹੋ ਜਾਓ ਜੇ ਸੱਚਮੁੱਚ ਚਾਹੁੰਦੇ ਹੋ। ਜੇ ਵੈਸੇ ਗੁਰਦੁਆਰੇ ਮਸਕੀਨ ਜੀ ਦੇ ਕਹਿਣਾ ਗੂ 20 ਸਾਲ ਗਏ, ਇੱਕ ਕਦਮ ਅੱਗੇ ਅਤੇ ਇੱਕ ਪਿੱਛੇ, ਅਤੇ 20 ਸਾਲ ਬਾਅਦ ਵੀ ਉਹੀ ਸਵਾਲ, ਉਹੀ ਜੀ ਸਾਡੇ ਕੋਲ ਆਹ ਜੀ ਹੋਣਾ ਚਾਹੀਦਾ ਜੇ ਆਹ ਨਹੀਂ ਹੋਣਾ ਚਾਹੀਦਾ, ਇਹ ਸਵਾਲ ਤਾਂ ਮੂਹਰਿਓ ਹੀ ਖਤਮ ਹੋ ਜਾਣੇ ਆ। ਅੱਧੀ ਸਮੱਸਿਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੀਏ ਖਤਮ ਹੋ ਜਾਣੀ, ਬਿਲਕੁਲ ਵਿਚਾਰ ਨਹੀਂ ਵਿਚਾਰ। ਤੁਸੀਂ ਤੁਸੀਂ ਆਪ ਸੋਚੋ ਵੀ ਜਿਹਨੇ ਪੜ੍ਹ ਕੇ ਵਿਚਾਰ ਲਿਆ ਉਹਦੇ ਕੋਲ ਕੋਈ ਸਵਾਲ ਰਹਿ ਜੂਗਾ? ਦੁਨੀਆਂ ਭਰ ਦਾ ਕੋਈ ਇਹੋ ਜਿਹਾ ਸਵਾਲ ਹੈਗਾ ਵੀ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗਾ? ਜਿਹਨੂੰ ਪੁੱਛਾਂਗੇ, ਕਿਸੇ ਮਹਾਂਪੁਰਸ਼ ਨੂੰ ਪੁੱਛ ਲਓ, ਗਿਆਨੀ ਨੂੰ ਪੁੱਛ ਲਓ, ਉਹਨੇ ਵੀ ਤਾਂ ਉਹੀ ਦੱਸਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਉਹ ਤੋਂ ਬਿਨਾਂ ਤਾਂ ਹੁਣ ਤਸੱਲੀ ਵੀ ਨਹੀਂ ਹੋਣੀ। ਜੇ ਕੋਈ ਬਾਹਰੋਂ ਜਵਾਬ ਦੇ ਦੇਵੇ ਬੰਦਾ, ਉਹ ਤਾਂ ਫਿਰ ਆਪਾਂ ਕਹਿੰਦੇ ਯਾਰ ਇਹ ਪਤਾ ਨਹੀਂ ਕਿੱਥੋਂ ਛੱਡ ਗਿਆ, ਰੋੜ ਗਿਆ ਇਹ, ਹਨਾ। ਇੱਕ ਨਹੀਂ ਅਨੇਕਾਂ ਮਿਸਾਲਾਂ ਨੇ। ਸਮੱਸਿਆ ਇਹ ਵੀ ਹੈ ਕਿ ਅਸੀਂ 1430 ਅੰਗ ਦੇ ਵਿੱਚੋਂ ਕੀ ਕੀਤਾ ਨਾ, ਅਸੀਂ 50 ਅੰਗ ਤੋਂ ਵੱਧ ਨਹੀਂ ਜਾਂਦੇ, 50 ਵੀ ਬਹੁਤੇ ਆ, 25 ਵੀ ਨਹੀਂ। ਕੀਰਤਨੀਏ ਵੀ, ਕਥਾਵਾਚਕ ਵੀ, ਹੁਕਮ ਨਾ ਲੈਣ ਵਾਲੇ, ਅੱਛਾ ਬਾਕੀ ਕਿਹਨੇ ਪੜ੍ਹਨਾ? ਵੀ ਫਿਰ ਗੁਰੂ ਸਾਹਿਬ ਨੂੰ ਇੰਨੀ ਬਾਣੀ ਇਕੱਠੀ ਕਰਨ ਦੀ ਕੀ ਲੋੜ ਸੀ? ਤੁਸੀਂ ਤਾਂ ਬੜੇ ਸਿਆਣੇ ਹੋ, 20-30 ਅੰਗਾਂ ਦੇ ਵਿੱਚੋਂ ਹੀ ਸਾਰਾ ਗੱਡੀ ਚਲਾਈ ਜਾਂਦੇ। ਖੁਸ਼ੀ ਦੀ ਗੱਲ ਆ, ਸਾਰੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਉਹ ਠੀਕ ਆ, ਉਸ ਦੇ ਅਨੁਸਾਰ ਹੋਰ ਬਹੁਤ ਸ਼ਬਦ ਨੇ, ਉਹ ਕਿਹਨੇ ਪੜ੍ਹਨੇ ਨੇ? ਵੀ ਬਿਲਕੁਲ, ਤੁਸੀਂ ਕਦੇ ਜਿੱਦਣ ਕਿਤੇ ਖੁਦ ਸਹਿਜ ਪਾਠ ਆਰੰਭ ਕਰੋ ਨਾ, ਤੁਸੀਂ ਪ੍ਰਮਾਣ ਦੇਖਿਓ, ਪ੍ਰਮਾਣ ਇਹੋ ਜਿਹੇ, ਇੱਕ ਗੱਲ ਕਹਿ ਕੇ ਮੈਂ ਸਮੇਟਾਂਗਾ, ਤੁਸੀਂ ਦੇਖੋ ਜਿਹੜੀ ਮਹਾਨਤਾ ਹੁੰਦੀ ਹੈ ਨਾ, ਉਹ ਮਹਾਨਤਾ ਉਦੋਂ ਪਤਾ ਲੱਗਦੀ ਹੈ ਜਦੋਂ ਵਿਰੋਧੀ ਤੁਹਾਡਾ ਕਾਇਲ ਹੁੰਦਾ। ਜਿਵੇਂ ਕਾਜ਼ੀ ਨੂਰ ਮੁਹੰਮਦ ਦੀ ਗੱਲ ਕੀਤੀ ਅਸੀਂ ਕਿ ਵਿਰੋਧੀ ਕਾਇਲ ਕਿਵੇਂ ਹੋਇਆ, ਉਹ ਕਹਿ ਰਹੇ ਆ ਕਾਜ਼ੀ ਨੂਰ ਮੁਹੰਮਦ ਵਰਗੇ ਕਿ ਸਿੱਖ ਜਿਹੜੇ ਕੀ ਨੇ, ਜਾਂ ਗੁਰੂ ਸਾਹਿਬਾਨ ਇਹਨਾਂ ਦੇ ਕੀ ਨੇ। ਹੁਣ ਗੱਲ ਇਹ ਹੈ ਜਿਹੜੀ ਕਿ ਔਰੰਗਜ਼ੇਬ ਦੇ ਸਮੇਂ ਦੀ ਗੱਲ ਹੈ, ਔਰੰਗਜ਼ੇਬ ਦਾ ਦਰਬਾਰ ਸੀ, ਇਸ ਦਰਬਾਰ ਦੇ ਵਿੱਚ ਇੱਕ ਉਹਦਾ ਕੋਈ ਅਹਿਲਕਾਰ ਜਦੋਂ ਬੈਠੇ ਸਨ, ਕੋਈ ਬੰਦਾ ਆਇਆ ਮੁਰੀਦ ਬਣ ਕੇ, ਕਹਿੰਦਾ ਬਾਦਸ਼ਾਹ ਸਲਾਮਤ ਆਲਮਗੀਰ ਮੈਂ ਤੇਰਾ ਸ਼ਗਿਰਦ ਬਣਨਾ। ਅਤੇ ਔਰੰਗਜ਼ੇਬ ਕਹਿੰਦਾ ਸ਼ਗਿਰਦ, ਉਹ ਵੀ ਬਾਦਸ਼ਾਹ ਦੇ, ਕਹਿੰਦਾ ਉਹਦਾ ਤਾਂ ਉੱਤਰਾਧਿਕਾਰੀ ਹੁੰਦਾ, ਮੇਰਾ ਕਹਿੰਦਾ ਸ਼ਗਿਰਦ, ਤੂੰ ਰਾਜਪਾਠ ਮੰਗਣ ਦੀ ਗੱਲ ਕਰਦਾ? ਕਹਿੰਦਾ ਨਹੀਂ, ਤੂੰ ਬੜਾ ਰੂਹ ਵਾਲਾ ਬੰਦਾ,
ਤੂੰ ਆਪ ਕਿਰਤ ਕਰਦਾ, ਟੋਪੀਆਂ ਬੁਣਦਾ, ਬੁਣ ਕੇ ਖਾਣਾ ਉਹਦਾ ਖਾਣਾ, ਕਿਰਤ ਕਮਾਈ ਕਰਦਾ, ਤੂੰ ਅੱਲਾਹ ਤਾਲਾ ਦੀ ਬੰਦਗੀ ਬਹੁਤ ਕਰਦਾ। ਕਹਿੰਦਾ ਮੈਂ ਤੇਰਾ ਮੁਰੀਦ ਬਣਨਾ। ਕਹਿੰਦਾ ਰਾਜਾ ਨੇ ਕਾਹਦੇ ਮੁਰੀਦ? ਤੂੰ ਕਹਿੰਦਾ ਜਿਹੜੀ ਅੰਦਰਲੀ ਗੱਲ ਆ ਉਹ ਦੱਸ। ਜੋ ਗੱਲ ਕਰਨ ਲੱਗਿਆ ਤੇ ਕੋਲੇ ਕਾਜ਼ੀ ਬਹਾਬੁੱਲਾ ਵੀ ਬੈਠਾ, ਉਹ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦਾ ਉਸ ਵੇਲੇ ਫੈਸਲਾ ਸੁਣਾਇਆ ਸੀ। ਤੇ ਔਰੰਗਜ਼ੇਬ ਕਹਿੰਦਾ ਕੁਲਹਾਂ ਦਿੰਦੇ ਬਾਵਲੇ, ਲੈਂਦੇ ਵੱਡੇ ਨਲੱਜ, ਬਾਣੀ ਦੀ ਤੁਕ, ਚੂਹਾ ਖੰਡ ਚੂਹਾ ਖੁੱਡ ਨਾ ਬਾਵੀ, ਕਿਚਲ ਬੰਨੇ ਛੱਜ। ਹੁਣ ਤੁਸੀਂ ਇਹ ਗੱਲ ਦੇਖੋ, ਕੁਲਹਾਂ ਦਿੰਦੇ ਬਾਵਲੇ, ਲੈਂਦੇ ਵੱਡੇ ਨਲੱਜ, ਜਦੋਂ ਇਹ ਗੱਲ ਪੜ੍ਹੀ ਤੇ ਕਾਜ਼ੀ ਬਹਾਬੁੱਲਾ ਕਹਿੰਦਾ ਵੀ ਆ ਕੀ ਕਿਹਾ ਬਾਦਸ਼ਾਹ ਸਲਾਮ ਤੁਸੀਂ? ਕਹਿੰਦਾ ਕੀ ਕਿਹਾ ਮੈਂ? ਕਹਿੰਦਾ ਇਹ ਤੁਸੀਂ ਇੱਕ ਜਿਹੜਾ ਪੜ੍ਹਿਆ ਕਲਾਮ, ਕਿਹਦਾ ਕਿਹਦਾ ਕਲਾਮ ਆ ਤੁਹਾਨੂੰ ਪਤਾ? ਕਹਿੰਦਾ ਕੀ ਗੱਲ ਹੋਈ? ਕਹਿੰਦਾ ਇਹ ਕਾਫਰਾਂ ਦਾ ਗੁਰੂ ਹੈ ਜਿਹੜਾ ਗੁਰੂ ਨਾਨਕ ਦਾ, ਉਹ ਜਿਹੜੇ ਵਿਰੋਧੀ ਆਲੇ ਦੁਆਲੇ ਬੈਠੇ। ਇਹ ਹਵਾਲਾ ਆਲਮਗੀਰੀ ਦੀ ਆਪਣੀ ਜੀਵਨੀ ਜਿਹੜੀ ਕਿ ਪਰਸ਼ੀਅਨ ਦੇ ਵਿੱਚ ਛਪੀ, ਉਦੋਂ ਬਾਅਦ ਤਰਜਮਾ ਕੀਤਾ ਜਾਦੂਨਾਥ ਸਰਕਾਰ ਇਤਿਹਾਸਕਾਰ ਨੇ, ਤੇ ਫਿਰ ਰੈਫਰੈਂਸ ਉਹਦਾ ਦਿੱਤਾ ਪ੍ਰਿੰਸੀਪਲ ਸਤਵੀਰ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਜਿਹੜੀ ਕਿਤਾਬ ਆ ਉਹਨਾਂ ਦੀ, ਉਸ ਕਿਤਾਬ ਦੇ ਵਿੱਚ ਸੁਲਤਾਨਪੁਰ ਲੋਧੀ ਚੈਪਟਰ ਦੇ ਵਿੱਚ ਜਾ ਕੇ ਤੀਜਾ ਪੰਨਾ ਖੋਲਣ, ਮੈਂ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰੂੰ, ਉਹਨਾਂ ਨੇ ਇਹ ਲਿਖਿਆ ਸੁਲਤਾਨਪੁਰ ਲੋਧੀ ਉਹ ਥਾਂ ਸੀ ਜਿੱਥੇ ਲੋਧੀਆਂ ਦੀ ਯੂਨੀਵਰਸਿਟੀ ਸੀ। ਲੋਧੀ ਰਾਜ ਦੇ ਦੌਰਾਨ ਸਭ ਤੋਂ ਵੱਡਾ ਵਿੱਦਿਆ ਦਾ ਕੇਂਦਰ ਸੀ। ਜਦੋਂ ਬਾਬਰ ਲੋਧੀਆਂ ਨੂੰ ਹਰਾ ਕੇ ਕਾਬਜ਼ ਹੋਇਆ ਤੇ ਉਸ ਤੋਂ ਬਾਅਦ ਬਾਬਰ ਤੋਂ ਲੈ ਕੇ ਹਿਮਾਯੂ ਤੋਂ ਲੈ ਕੇ ਜਹਾਂਗੀਰ ਤੋਂ ਲੈ ਕੇ ਸ਼ਾਹਜਹਾਂ ਤੋਂ ਲੈ ਕੇ ਸਾਰੇ ਉੱਥੇ ਪੜ੍ਹੇ ਉਸ ਯੂਨੀਵਰਸਿਟੀ ਦੇ ਵਿੱਚ। ਗੁਰੂ ਨਾਨਕ ਦਾ ਸਮਾਂ ਜਦੋਂ ਆਇਆ ਤੇ ਉਸ ਮਦਰੱਸੇ, ਉਹ ਯੂਨੀਵਰਸਿਟੀ ਦੇ ਵਿੱਚ ਕੰਧਾਂ ਦੇ ਉੱਤੇ ਬਾਬੇ ਨਾਨਕ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸੀ, ਤੇ ਜਿਹੜਾ ਉੱਥੋਂ ਪੜ੍ਹ ਕੇ ਜਾਂਦਾ ਸੀ ਉਹ ਪੰਜਾਬੀ ਜ਼ੁਬਾਨ ਦੇ ਉਹ ਮੁਹਾਵਰੇ ਵਾਂਗੂ ਯਾਦ ਕਰਦਾ ਸੀ। ਤੇ ਔਰੰਗਜ਼ੇਬ ਬਹਾਬੁੱਲਾ ਨੂੰ ਕਹਿੰਦਾ ਇਹ ਦਸਤਾਵੇਜ਼ੀ ਗੱਲ ਹੈ ਜਿਹੜੀ ਕਿ ਮੈਂ ਇਹ ਮਾਣ ਨਾਲ ਕਹਿ ਸਕਦਾ ਕਿ ਸਾਡੇ ਇਤਿਹਾਸ ਦਾ ਬੜਾ ਵੱਡਾ, ਅਸੀਂ ਇਤਿਹਾਸਕ ਪੱਖ ਹੈ, ਪਰ ਅਫਸੋਸ ਨਾਲ ਗੱਲ ਹੈ ਕਿ 99% ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, 99% ਉਹ ਉਸ ਵੇਲੇ ਜਹਾਂਗੀ ਜਿਹੜਾ ਬਾਦਸ਼ਾਹ ਕਹਿੰਦਾ ਔਰੰਗਜ਼ੇਬ ਕਹਿੰਦਾ ਕਾਜ਼ੀ ਸਾਹਿਬ ਤੁਸੀਂ ਇੱਕ ਇਹ ਲਾਈਨ ਦੀ ਗੱਲ ਕਰਦੇ ਹੋ, ਕਹਿੰਦਾ ਇਹੋ ਜਿਹੇ ਤਾਂ ਸਾਨੂੰ ਬੜੇ ਯਾਦ ਨੇ, ਕਹਿੰਦਾ ਉਦੋਂ ਮਦਰੱਸੇ ਜਦੋਂ ਅਸੀਂ ਪੜ੍ਹੇ ਹਾਂ ਸੁਲਤਾਨਪੁਰ ਲੋਧੀ ਥਾਂ ਥਾਂ 'ਤੇ ਇਹ ਲਿਖੀਆਂ ਹੁੰਦੀਆਂ ਸੀ ਬਾਬੇ ਨਾਨਕ ਦੀਆਂ ਸਤਰਾਂ। ਗੱਲ ਤਾਂ ਇਹ ਆ ਕਿ ਸੱਚੀ ਗੱਲ ਇਹੀ ਆ, ਇਹਦਾ ਬਦਲ ਕੋਈ ਨਹੀਂ, ਇਹ ਗੱਲ ਔਰੰਗਜ਼ੇਬ ਕਹਿ ਰਿਹਾ। ਸੋ ਸਾਨੂੰ ਇਹ ਅੱਜ ਮੰਨਣਾ ਪਏਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵੀ ਨਹੀਂ ਪੜ੍ਹੇ, ਅਰਥ ਵੀ ਨਹੀਂ ਵਿਚਾਰੇ, ਕਦੇ ਅਰਥਾਂ ਨੂੰ ਵਿਚਾਰਨ ਦੀ ਕਿਤੇ ਕੋਸ਼ਿਸ਼ ਕਰੋ। ਜੇਕਰ ਇੱਕ ਪੰਗਤੀ ਤੋਂ ਅੱਗੇ ਵੀ ਤੁਰ ਗਏ ਤਾਂ ਕਹਿ ਦਿਓ, ਉੱਥੇ ਬੰਦਾ ਰੁਕ ਜੂ, ਉੱਥੋਂ ਹਿੱਲੂਗਾ ਨਹੀਂ, ਬੰਨ ਲੈਣਾ। ਉਹਨੇ ਕਹਿਣਾ ਅਜੇ ਤੱਕ ਤਾਂ ਮੈਨੂੰ 20 ਸਾਲ ਹੋ ਗਏ, ਅਜੇ ਤੱਕ ਇਹੀ ਨਹੀਂ ਪਤਾ, ਆਹ ਨਹੀਂ ਪਤਾ ਲੱਗਿਆ। ਸੋ ਮੀਰੀ ਪੀਰੀ ਦਾ ਦਿਨ ਮਨਾਉਣਾ ਜਿੱਥੇ ਬੜਾ ਸ਼ਲਾਘਾ ਯੋਗ ਹੈ, ਜਿੱਥੇ ਨਗਰ ਕੀਰਤਨ ਹੋਣੇ ਸ਼ਲਾਘਾ ਯੋਗ ਨੇ, ਉੱਥੇ ਸਿੱਖ ਲਿਟਰੇਚਰ ਵੰਡਿਆ ਜਾਵੇ, ਗੁਰਬਾਣੀ ਦੇ ਅਰਥ ਵੰਡੇ ਜਾਣ, ਵਿਆਖਿਆ ਹੋਵੇ, ਵਿਸ਼ਲੇਸ਼ਣ ਹੋਵੇ, ਅਤੇ ਇੱਕੋ ਗੱਲ 'ਤੇ ਜਿਹੜਾ ਅਖੀਰ 'ਤੇ ਸਮਾਪਨ ਹੋਵੇ ਉਹ ਇਹ ਹੈ ਕਿ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਸਾਡੇ ਰੱਬ ਨੇ, ਇਹੀ ਸਾਡਾ ਸਭ ਤੋਂ ਵੱਡਾ ਸਰਮਾਇਆ ਨੇ। ਜੀ ਧੰਨਵਾਦ ਪ੍ਰੋਫੈਸਰ ਸਾਹਿਬ, ਆਪ ਜੀ ਆਏ, ਇੰਨੀਆਂ ਪਿਆਰੀਆਂ ਗੱਲਾਂ ਸਾਂਝੀਆਂ ਕੀਤੀਆਂ ਜੀ, ਕਿਉਂਕਿ ਇਹ ਮੋਤੀ ਚੁਣਨੇ ਪੈਂਦੇ ਆ ਜੀ।
ਉਹ ਜਿਹੜਾ ਕਹਿੰਦੇ ਆ ਵੀ ਡੂੰਘੀ ਟੁੱਬੀ ਲਾਉਣੀ ਪੈਂਦੀ ਆ ਫਿਰ ਨਿਕਲਦੇ ਆ। ਸੋ ਆਪ ਸਭ ਦਾ ਬਹੁਤ ਧੰਨਵਾਦ ਜੀ, ਅਸੀਂ ਲੰਮਾ ਸਮਾਂ ਲੈ ਗਏ, ਜਦੋਂ ਇਹੋ ਜਿਹੀ ਵਾਰਤਾ ਚੱਲੀ ਹੁੰਦੀ ਆ ਕੱਟਣ ਨੂੰ ਵੀ ਜੀ ਨਹੀਂ ਕਰਦਾ। ਸੋ ਤੁਸੀਂ ਸੋਰੀ ਤੁਹਾਡਾ ਬਹੁਤਾ ਟਾਈਮ ਲਿਆ, ਪਰ ਮੈਨੂੰ ਲੱਗਦਾ ਸਾਰਥਕ ਹੋਏਗਾ ਤੁਹਾਡਾ ਟਾਈਮ ਵੀ ਅੱਜ, ਕਿਉਂਕਿ ਗੱਲਾਂ ਬਹੁਤ ਪਤੇ ਦੀਆਂ ਸੀਗੀਆਂ। ਮੇਰਾ ਤਾਂ ਹਾਲੇ ਵੀ ਦਿਲ ਨਹੀਂ ਸੀ ਕਰਦਾ, ਮੈਂ ਕਹਿੰਦਾ ਸੀ ਵੀ ਕੱਟ ਕੇ ਦੋ ਸਮੇਂ ਦੀ ਗੱਲ ਤਾਂ ਇੱਦਾਂ ਸਮਰਾ ਸਾਹਿਬ, ਗੱਲ ਇਹ ਹੈ ਕਿ ਜਦੋਂ ਅਸੀਂ ਇਹੋ ਜਿਹੀ ਵਿਚਾਰ ਕਰਦੇ ਹਾਂ ਇਹੀ ਸਮਾਂ ਸੁਲੱਖਣੀ ਘੜੀ ਇਹੀ ਹੁੰਦੀ ਹੈ, ਇਹੀ ਹੈ ਜਿਹੜੀ ਉਹਦੀ ਹਰ ਜਸ ਕੀਰਤੀ ਹੋਵੇ ਉਹਦੇ, ਹਾਂ ਉਹੀ ਤੇ। ਬਾਕੀ ਤਾਂ ਜ਼ਿੰਦਗੀ ਦਾ ਕੀ ਪਤਾ, ਸਮੇਂ ਘੰਟੇ ਸਮੇਂ ਉਦੋਂ ਹੀ ਜਦੋਂ ਮੁੱਕਣੇ ਆ ਮਿੰਟ 'ਚ ਮੁੱਕ ਜਾਣੇ ਆ। ਸੋ ਆਹ ਚੀਜ਼ ਤਾਂ ਲਾਹੇ ਵਾਲੀ ਹੈ। ਸੋ ਇਹਦੇ 'ਚ ਸਾਨੂੰ ਬਹੁਤ ਕੁਛ ਮਿਲਿਆ ਆਪਸ ਵਿੱਚ ਵਿਚਾਰ ਕਰਨ ਨੂੰ, ਅਤੇ ਤੁਹਾਡਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਇਹੋ ਜਿਹੇ ਵਿਚਾਰ ਚਰਚਾ ਇਹੋ ਜਿਹੀ ਡਿਸਕਸ਼ਨ। ਸੋ ਮੈਨੂੰ ਲੱਗਦਾ ਕਿ ਇਹ ਚਰਚਾ ਹੋਣੀ ਚਾਹੀਦੀ ਹੈ। ਜਦੋਂ ਵੀ ਲੰਘਦੇ ਵੜਦੇ ਤੁਹਾਡੇ ਕੋਲ ਸਮਾਂ ਹੋਵੇ ਜ਼ਰੂਰ ਆਇਆ ਕਰੋ, ਕਿਉਂਕਿ ਸਾਨੂੰ ਆਪ ਦਿਲੀ ਚਾਅ ਹੁੰਦਾ ਕਿ ਜਿਹੜੀਆਂ ਸਿੱਖਾਂ ਦੀ ਹੁਣ ਸਮੱਸਿਆ ਹੀ ਹੋ ਗਈ, ਮੈਂ ਵੀ ਵਿੱਚ ਆਪਦੇ ਆਪ ਨੂੰ ਸ਼ਾਮਿਲ ਕਰਦਾ ਵੀ ਇਹ ਪੇਤਲੇ ਪਿਰਦੇ ਬਹੁਤ ਚੱਲਦੇ ਆ, ਬਸ ਉੱਤੇ ਉੱਤੇ ਹੀ ਤੁਰੇ ਫਿਰਦੇ ਹਾਂ ਵੀ 2 ਇੰਚ ਡੂੰਘੇ ਹਲ ਵਾਹੀਦਾ, ਹੈ ਨਾ, ਉਦੋਂ ਉਤਲੇ ਨਹੀਂ ਜਾਂਦੇ, ਹੈ ਨਾ। ਮਤਲਬ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਦੱਬ ਕੇ ਬਾਹ ਅਤੇ ਰੱਜ ਕੇ ਖਾ, ਇੱਕ ਸਮਾਂ ਸੀਗਾ ਇਹ ਕਹਿੰਦੇ ਹੁੰਦੇ ਸੀ। ਅਸੀਂ ਕਰ ਲਿਆ ਵੀ ਉਹੀ 5-7 ਸ਼ਬਦ, ਹਰ ਇੱਕ ਦੇ ਭੋਗ 'ਤੇ ਜਾਣਾ, ਆਨੰਦ ਕਾਰਜਾਂ 'ਤੇ ਜਾਣਾ, ਉਹ ਉੱਥੇ ਬਸ ਟੂਕ ਮਾਤਰ ਹੀ ਹੁੰਦਾ। ਉੱਥੇ ਵੀ ਕਹਿਣਾ ਭਾਈ ਸਾਹਿਬ ਵੀ ਹੋਰ ਕੋਈ ਲੰਬਾ ਚੱਕਰ ਨਾ ਪਾ ਲਿਓ, ਬਸ ਨਿਬੇੜ ਦਿਓ, ਸਾਨੂੰ ਹੋਰ ਕੰਮ ਬਹੁਤ ਨੇ। ਇੱਕੋ ਹੀ ਮੈਂ ਬੇਨਤੀ ਕਰਦਾ ਤੁਹਾਡੀ ਇਸ ਗੱਲ ਦੇ ਵਿੱਚ, ਇਹ ਤਾਂ ਸਬੱਬ ਹੈ ਕਿ ਤੁਹਾਡਾ ਪਿਆਰ ਹੈ ਕਿ ਇੱਥੇ ਇੰਨੇ ਸਮੇਂ ਵਿਚਾਰਾਂ ਚੱਲੀਆਂ। ਇੱਕ ਬਸ ਸੇ ਸਾਡੇ ਜਿਹੜੇ ਜਿਹੜੇ ਗੁਰਮੁਖੀ ਨਾਲ ਜੁੜੇ ਨੇ, ਗੁਰਬਾਣੀ ਨਾਲ ਜੁੜੇ ਨੇ, ਇੱਕ ਵਾਰ ਅਰਥਾਂ ਸਹਿਤ ਆਸਾ ਜੀ ਦੀ ਵਾਰ ਛੱਕੇ, ਅਤੇ ਨਾਲ ਉਹਦੇ ਜਿਹੜੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਅਤੇ ਸਾਰੀ ਬਾਣੀ ਹੈ, ਆਸਾ ਜੀ ਦੀ ਵਾਰ ਦਾ ਬਸ ਇੱਕ ਵਾਰੀ ਵਿਚਾਰ ਕਰ ਲੈਣਾ, ਅਤੇ ਜਿਹੜੀ ਚੀਜ਼ ਸਾਨੂੰ ਐਡੀ ਵੱਡੀ ਅੰਮ੍ਰਿਤ ਵੇਲਾ ਆਸਾ ਦੀ ਵਾਰ ਦਾ ਦਿੱਤਾ ਸੀ। ਕਹਿੰਦੇ ਜੰਗਾਂ ਯੁੱਧਾਂ ਦਾ ਮਾਹੌਲ, ਦਸਮ ਪਾਤਸ਼ਾਹ ਉਸ ਵੇਲੇ ਜਦੋਂ ਇਹੋ ਜਿਹੇ ਸਵੇਰ ਦਾ ਸਮਾਂ, ਕਹਿੰਦੇ ਲਾਓ ਜੀ ਸਰੰਦੇ 'ਤੇ ਰੱਖੋ ਹੱਥ, ਅਤੇ ਆਪਾਂ ਆਸਾ ਦੀ ਵਾਰ ਲਾਈਏ। ਅਤੇ ਆਹ 20ਵੀਂ ਸਦੀ ਦੇ ਵਿੱਚ ਬਾਣੀ ਦਾ ਪ੍ਰੇਮ, ਭਾਈ ਅਨੋਖ ਸਿੰਘ ਬੱਬਰ ਜਿਸ ਵੇਲੇ ਜ਼ੁਲਮ ਕੀਤਾ, ਅੱਖਾਂ ਕੱਢ ਦਿੱਤੀਆਂ, ਸਰੀਰ ਦੇ ਉੱਪਰ ਅਨੇਕਾਂ ਕਸ਼ਟ, ਭਾਈ ਮਨੀ ਸਿੰਘ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੀ ਸ਼ਹੀਦੀ ਦਿਹਾੜੇ ਦੀ ਗੱਲ, ਉਹਨਾਂ ਦੀ ਬੇਅੰਤ ਵੱਡੀ ਕੁਰਬਾਨੀ, ਪਰ 20ਵੀਂ ਸਦੀ ਦੇ ਯੋਧਿਆਂ ਦੇ ਵਿੱਚੋਂ ਇੱਕ, ਅਤੇ ਭਾਈ ਸਾਹਿਬ ਉਸ ਵੇਲੇ ਨੇਤਰ ਕੁਛ ਨਜ਼ਰ ਨਹੀਂ ਆ ਰਿਹਾ, ਅਤੇ ਉੱਥੇ ਇੱਕ ਸਿੱਖ ਕੋਈ ਜੇਲ੍ਹ ਦੇ ਵਿੱਚ ਕੋਈ ਕਰਮਚਾਰੀ ਹੋ ਕਿਸ ਨੂੰ ਪੁੱਛਦੇ ਆ, ਭਾਈ ਸਮਾਂ ਕਿੰਨਾ ਕੁ ਹੋਇਆ ਸਵੇਰ ਦਾ ਕਿ ਆਥਣ ਦਾ, ਕਹਿੰਦੇ ਜੀ ਹੁਣ ਤਾਂ ਆਥਣ ਦਾ ਸਮਾਂ, ਕਹਿੰਦੇ ਰਹਿ ਰਸਤਾ ਵੇਲਾ ਹੋ ਗਿਆ, ਚੱਲ ਫਿਰ ਪਾਠ ਕਰਦੇ ਆ। ਆ ਅੱਜ ਦੀਆਂ ਗੱਲਾਂ, ਇਹ ਫੀਲਿੰਗ, ਇਹ ਅਹਿਸਾਸ ਕਿਉਂ ਮੁੱਕ ਗਿਆ ਸਾਡੇ ਅੰਦਰ, ਇਹ ਅਹਿਸਾਸ ਸਾਨੂੰ ਮੁੜ ਕੇ ਲਿਆਉਣਾ ਪੈਣਾ। ਆਸਾ ਜੀ ਦੀ ਵਾਰ ਕਿੱਧਰ ਗਈ, ਰਹਿਰਾਸ ਦੀ ਕਿੱਧਰ ਗਈ, ਸਾਡੇ ਅੰਦਰ ਉਹ ਚੀਜ਼ ਹੈ ਜੇ ਅੱਜ ਅਰਥਾਂ ਸਹਿਤ ਅਸੀਂ ਨਾ ਆਸਾ ਜੀ ਦੀ ਵਾਰ ਦਾ, ਮੈਨੂੰ ਲੱਗਦਾ ਕਿ ਜੋ ਅਸੀਂ ਕਹਿੰਦੇ ਹਾਂ ਜੀ ਕੀ ਬਿਪਰਵਾਦ ਹੈ ਜੀ, ਕੀ ਹੋਰ ਹੈ, ਕੀ ਝਗੜੇ ਆ, ਸਾਰੇ ਗੁਰੂ ਸਾਹਿਬ ਨੇ ਨਿਬੇੜ ਤੇ, ਅਰਥ ਤਾਂ ਅਸੀਂ ਪੜ੍ਹੇ ਨਹੀਂ, ਇੱਕ ਥਾਂ ਦੇ ਵਿਆਹ 'ਤੇ ਅਸੀਂ ਇਕੱਠੇ ਹੋਏ ਅਤੇ ਗੱਲ ਕਰਨ ਲੱਗੇ ਜੀ, ਨੱਚ ਗਾ ਰਹੇ ਸੀ, ਚਲੋ ਖੁਸ਼ੀ ਦਾ ਮੌਕਾ ਕਰਦੇ ਆ, ਪਰ ਗੁਰਬਾਣੀ ਦਾ ਹਵਾਲਾ ਦੇ ਰਹੇ ਸੀ, ਗੁਰਬਾਣੀ ਦਾ ਹਵਾਲਾ ਦੀ ਜਾਵੇ, ਬੰਦਾ ਮੇਰੇ ਕੋਲ ਬੈਠਾ ਕਹਿੰਦਾ ਜੀ ਨੱਚਣ ਕੁੱਦਣ ਮਣਕਾ ਚਾਓ, ਨੱਚਣ ਕੁੱਦਣ ਮਣਕਾ ਚਾਓ। ਮੈਂ ਕਿਹਾ ਜੀ ਵੀ ਤੂੰ ਨੱਚ ਲਾ, ਤੈਨੂੰ ਤਾਂ ਕੁਛ ਨਹੀਂ ਰੋਕਿਆ, ਪਰ ਬਾਣੀ ਨੂੰ ਇੱਥੇ ਨਾ ਲਿਆ, ਇਹ ਨਹੀਂ। ਕਹਿੰਦਾ ਜੀ ਤੁਸੀਂ ਕਿਉਂਕਿ ਗੁਰਬਾਣੀ ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ ਦੱਸਿਆ, ਮੈਂ ਕਿਹਾ ਫਿਰ ਸੁਣਨਾ ਹੋਣਾ, ਕਹਿੰਦਾ ਹਾਂ। ਮੈਂ ਕਿਹਾ ਥੋੜ੍ਹਾ ਜਿਹਾ ਹੌਂਸਲਾ ਰੱਖੀ, ਨਿੱਜੀ ਤੌਰ 'ਤੇ ਤੇਰੇ ਨਾਲ ਕੋਈ ਵਿਰੋਧ ਨਹੀਂ, ਪਰ ਹੁਣ ਮੈਂ ਤੈਨੂੰ ਥੋੜ੍ਹਾ ਜਿਹਾ ਪਿੱਛੇ ਲੈਣਾ। ਕਹਿੰਦਾ ਕਿਵੇਂ ਜੀ? ਮੈਂ ਕਿਹਾ ਪੂਰੀ ਪੰਕਤੀ ਸੁਣਾਉਣਾ ਤੈਨੂੰ।
ਕਿੰਨਾ ਕਿਵੇਂ ਆ, ਮੈਂ ਕਿਹਾ ਸੁਣ ਲਾ, ਵਾਇਨ ਚੇਲੇ ਨੱਚਣ ਗੁਰ ਪੈਰ ਹਿਲਾਏ ਫੇਰ ਸਿਰ, ਆਹ ਪਖੰਡ ਆ ਮੈਂ ਕਿਹਾ ਜਿਹੜਾ ਕਲਯੁੱਗ ਦਾ, ਵੀ ਚੇਲੇ ਵਜਾਉਂਦੇ ਆ ਤੇ ਗੁਰੂ ਨੱਚਦੇ ਆ, ਉੱਡ ਡਰਾਵਾ ਝੱਟ ਹੈ ਪਾਏ, ਆ ਜਿਹੜਾ ਰੇਤਾ ਮਿੱਟੀ ਸਿਰ ਚ ਪੈ ਰਿਹਾ, ਵੇਖੇ ਲੋਕ ਹੱਸੇ ਕਰ ਜਾਏ, ਲੋਕ ਹੱਸਦੇ ਆ ਤੇ ਕਹਿੰਦੇ ਆ ਆਹ ਮੂਰਖ ਨੇ, ਰੋਟੀਆਂ ਕਾਰਨ ਪੂਰੇ ਤਾਲ, ਆ ਪਛਾੜੇ ਧਰਤੀ ਨਾਲ ਸਾਰੇ। ਅੱਗੇ ਮੈਂ ਕਿਹਾ ਅੱਗੇ ਪਤਾ ਕੀ ਕਹਿੰਦੇ, ਇਹ ਸਾਰਾ ਸਿਲਸਿਲਾ ਚਲਾਉਂਦੇ ਕਹਿੰਦੇ ਨੱਚਣ ਕੁੱਦਣ ਮਣਕਾ ਜਾਓ, ਇਹ ਲੋਕਾਂ ਦੇ ਮਨ ਦਾ ਜਾਓ ਆਹ ਹੀ ਆ, ਪਰ ਸੱਚ ਇਹ ਆ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ। ਮੈਂ ਹੁਣ ਮੂਰਲਾ ਵੀ ਸਾਰਾ ਕਰ ਲਾ, ਹਾਂ ਵੀ ਇਹਦੇ ਵਿੱਚ ਹੀ ਆ, ਇੱਥੇ ਤਾਂ ਗੁਰੂ ਸਾਹਿਬ ਨੇ ਅਖੀਰ 'ਚ ਜਾ ਕੇ ਤੋੜਾ ਝਾੜਿਆ ਵੀ ਆਹ ਜਿਹੜਾ ਇਹਨਾਂ ਦਾ ਨੱਚਣ ਕੁੱਦਣ ਆਹ ਹੀ ਆ, ਇਹਨਾਂ ਦਾ ਮਨ ਦਾ ਚਾਅ ਹੀ ਆ, ਪਰ ਅਸਲ ਦੇ ਵਿੱਚ ਮਨ ਦਾ ਚਾਓ ਕੀ ਆ ਉਹ ਆਖਰੀ ਪੰਕਤੀ ਦੇ ਵਿੱਚ ਆ। ਹੁਣ ਇਹ ਤਾਂ ਹੀ ਮੈਂ ਬੇਨਤੀ ਕੀਤੀ ਆ, ਇਹੋ ਜਿਹੀਆਂ ਸੈਂਕੜੇ ਮਿਸਾਲਾਂ ਆਸਾ ਜੀ ਦੀ ਵਾਰ 'ਚ ਨੇ ਜਿਹਨਾਂ ਨੂੰ ਅਸੀਂ ਵਿਚਾਰੀਏ ਜੀ। ਪਰ ਅਸੀਂ ਪ੍ਰੋਫੈਸਰ ਸਾਹਿਬ ਹੁਣ ਨਾ ਸਾਡੇ ਸਾਡੇ ਸਟੂਡੀਓ ਦੀ ਇਹ ਮਰਿਆਦਾ, ਅਸੀਂ ਕਹਿੰਦੇ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਹੁਣ ਤੁਸੀਂ ਸਾਨੂੰ ਇੱਕ ਟੌਪਿਕ ਦੇ ਦਿੱਤਾ, ਹੁਣ ਆਪਾਂ ਆਉਣ ਵਾਲੇ ਸਮੇਂ 'ਚ ਆਸਾ ਦੀ ਵਾਰ 'ਤੇ ਮੈਂ ਬਹੁਤ ਚਿਰ ਦਾ ਲੱਭਦਾ ਸੀ ਵੀ ਕਿਸੇ ਕੋਈ ਸੰਗੀ ਸਾਥੀ ਇਹੋ ਜਿਹਾ ਹੋਵੇ ਵੀ ਜਿਹਤੇ ਖੁੱਲ੍ਹ ਕੇ ਨਿੱਠ ਕੇ ਵਿਚਾਰ ਹੋਵੇ, ਕਿਉਂਕਿ ਆਸਾ ਦੀ ਵਾਰ ਨੂੰ ਵੀ ਪਹਿਲਾਂ ਸੱਤ ਤੋਂ ਜਿਹੜੀ ਪਹਿਲੀ ਪੀੜ੍ਹੀ ਸੀ ਜੀ ਉਹ ਗਾਉਂਦੀ ਸੀ ਜੀ, ਡੇਲੀ ਆਸਾ ਦੀ ਵਾਰ ਗਾਈ ਜਾਂਦੀ ਸੀਗੀ। ਤਾਂ ਜਿਹੜੇ ਪੁਰਾਣੇ ਮਹਾਂਪੁਰਸ਼ ਸੀ ਉਹਨਾਂ ਦਾ ਵੀ ਇੱਕ ਬੜਾ ਸਟਾਈਲ ਸੀ, ਮੈਨੂੰ ਯਾਦ ਆ ਸਾਡੇ ਪਿੰਡ ਮਹਾਂਪੁਰਸ਼ ਆਏ, ਉਹਨੇ ਪੁੱਛਿਆ ਭਾਈ ਸਵੇਰ ਨੂੰ ਆਸਾ ਦੀ ਵਾਰ ਕਰਦੇ ਹੁੰਦੇ ਗੁਰਦੁਆਰੇ? ਕਹਿੰਦੇ ਨਹੀਂ ਜੀ ਆਸਾ ਦੀ ਵਾਰ ਤਾਂ ਨਹੀਂ ਕਰਦੇ, ਹੈ ਨਾ। ਉਹ ਕਹਿੰਦੇ ਭਾਈ ਭਾਵੇਂ ਤੁਸੀਂ ਨਾ 6 ਛੱਕੇ ਪੜ੍ਹ ਲਿਆ, ਹੈ ਨਾ, 4 ਦਿਨਾਂ 'ਚ ਭੋਗ ਪਾ ਲਿਓ। ਉਹ ਦੋ ਗੱਲਾਂ ਕਹਿ ਕੇ ਗਏ, ਕਹਿੰਦੇ ਵੀ ਇੱਕ ਤਾਂ ਆਸਾ ਦੀ ਵਾਰ ਪੜ੍ਹਨੀ ਆ, ਇੱਕ ਡੇਲੀ ਦੇਗ ਸਜਾਉਣੀ ਆ, ਵੀ ਤੁਹਾਡੇ ਪਿੰਡ 'ਚੋਂ ਕੀਰਤਨੀਆਂ ਨਹੀਂ ਮੁੱਕਣਗੇ, ਇੰਨਾ ਕੰਮ ਕਰ ਲਿਓ। ਬਹੁਤ ਖੂਬ। ਅੱਛਾ ਜੀ, ਹੁਣ ਸਾਡੇ ਪਿੰਡ 'ਚ ਇਹ ਹਾਲ ਆ ਵੀ ਟਾਈਮ ਨਹੀਂ ਮਿਲਦਾ, ਸਵੇਰ ਨੂੰ ਇੰਨੇ ਮੁੰਡੇ ਕੀਰਤਨ ਕਰਨ ਵਾਲੇ ਹੋ ਗਏ, ਹੈ ਨਾ, ਕਿਉਂਕਿ ਉਹ ਹੈਗਾ ਵੀ ਜਿਹਨੇ ਕੋਈ ਰਿਆਜ਼ ਕੀਤਾ ਕੁਛ ਸਿੱਖਿਆ ਉਹਨੇ ਸਵੇਰੇ ਜਾ ਕੇ ਸਟੇਜ ਟਾਈਮ ਮਿਲਣਾ ਉਹਨੂੰ। ਵਾਹ ਵਾਹ, ਕਿੱਡੀ ਵੱਡੀ ਗੱਲ ਹੋ ਗਈ ਸਟੇਜ ਟਾਈਮ ਮਿਲਣਾ ਹਰ ਬੰਦੇ ਨੂੰ, ਜਿਹਨੂੰ ਸਟੇਜ ਟਾਈਮ ਮਿਲਣ ਲੱਗ ਗਿਆ ਹੁਣ ਸਾਡੇ ਪਿੰਡ 'ਚੋਂ। ਫਿਰ ਉਹਨਾਂ ਦੇ ਵਿੱਚੋਂ ਇੱਕ ਢਾਡੀ ਜੱਥਾ ਜਗਤ ਪ੍ਰਸਿੱਧ ਹੋ ਗਿਆ, ਮਨਦੀਪ ਸਿੰਘ ਭਹੀੜ, ਬਿਲਕੁਲ ਬਹੁਤ ਅੱਛਾ। ਸੋ ਆਸਾ ਦੀ ਵਾਰ ਨੂੰ ਗਾਉਂਦੇ ਸੀ, ਅਸੀਂ ਹੁਣ ਉਹ ਵੀ ਛੱਡਤਾ। ਸਾਡੇ ਕੀ ਆ ਵੀ ਜੇ ਕੀਰਤਨ ਹੈ ਵੀ ਦੁਪਹਿਰੇ ਜੇ ਆ ਜਾਓ ਰਾਗੀ ਜੱਥਾ ਆਊਗਾ, ਦੋ ਤਿੰਨ ਜਿਹੜੇ ਸ਼ਬਦ ਤੁਹਾਨੂੰ ਪਹਿਲਾਂ ਹੀ ਆਉਂਦੇ ਆ ਉਹੀ ਸੁਣਾ ਜਾਣਗੇ, ਹੈ ਨਾ। ਵਿਚਾਰਨ ਦੀ ਗੱਲ ਤਾਂ ਬਹੁਤ ਦੂਰ ਰਹਿ ਗਈ, ਸ਼ਬਦਾਂ ਦੀ ਤਾਂ ਤੁਸੀਂ ਇਹ ਦੇਖੋ ਬਈ ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਿਤ ਹੋ ਰਿਹਾ ਹੋਵੇ ਨਾ, ਸਵੇਰ ਤੋਂ ਰਾਤ ਤੱਕ ਲਗਾਤਾਰ ਸੁਣ ਲਓ, ਇੱਕੋ ਸ਼ਬਦ ਨੂੰ ਕਈ ਵਾਰ ਗਾਇਆ ਜਾਂਦਾ, ਤੇ ਜੇ ਕਿਸੇ ਪ੍ਰੋਗਰਾਮ ਚਲੇ ਜਾਓ ਉਹੀ ਉੱਠ ਕੇ ਫੇਰ ਦੀਵਾਲੀ ਨੂੰ ਚਲੇ ਜਾਓ, ਉਹ ਤਾਂ ਚਲੋ ਅਰਥਾਂ ਦੇ ਅਰਥ, ਦੀਵਾਲੀ ਕੀ ਰਾਤ ਦੀਵੇ ਵਾਲੇ ਨੂੰ ਉਵੇਂ ਡਾਲਰ ਕੱਢ ਕੱਢ ਕੇ ਦੇ ਜਾਣੇ। ਪਰ ਜਿਹੜੀ ਸਭ ਤੋਂ ਬਿਊਟੀ ਇਹ ਸੀ, ਮੈਂ ਅੱਜ ਮਾਣ ਨਾਲ ਕਹਿ ਸਕਦਾ ਕਿ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਇਹੋ ਜਿਹੇ ਅਨੇਕਾਂ ਨੇ, ਪਰ ਇੱਕ ਕੀਰਤਨੀਏ ਦਾ ਨਾਮ ਹੈ, ਸਤਿਕਾਰ ਨਾਲ ਲਊਂਗਾ ਜੋ ਮਰਜ਼ੀ ਕੋਈ ਉਹਦੀ ਵਿਚਾਰ ਕੋਈ ਨੈਗੇਟਿਵਿਟੀ ਕਹੇ, ਪਰ ਜੇ ਗੁਰਬਾਣੀ ਦੇ ਵਿੱਚੋਂ ਵੱਧ ਤੋਂ ਵੱਧ ਸ਼ਬਦਾਂ ਨੂੰ ਗਾਇਨ ਕਰਕੇ ਜਿਨ੍ਹਾਂ ਸ਼ਬਦਾਂ ਦੀ ਵਿਆਖਿਆ ਕਿਸੇ ਨੇ ਸੁਣੀ ਤੱਕ ਨਹੀਂ ਸੀ ਉਹਨਾਂ ਨੂੰ ਵਿਚਾਰਿਆ, ਜਿਨ੍ਹਾਂ ਸ਼ਬਦਾਂ ਨੂੰ ਕਦੇ ਚਿੰਤਨ ਦੇ ਪੱਧਰ 'ਤੇ ਕਿਸੇ ਨੇ ਨਹੀਂ ਸੀ ਲਿਆਂਦਾ ਉਹਨਾਂ ਨੂੰ ਗਾਇਆ, ਰਾਗ ਸਹਿਤ ਗਾਇਆ, ਅਤੇ ਉਹਨਾਂ ਤੋਂ ਕੌਮ ਪੰਥ ਅੱਜ ਮਰਹੂਮ ਹੋਈ ਪਈ ਹੈ, ਉਹਨਾਂ ਦੇ ਨਿੱਜੀ ਜਿਹੜੇ ਸਾਡੇ ਵਿਵਾਜਾਂ ਕਰਕੇ ਸਾਡੇ ਲੋਕਾਂ ਦੇ, ਜਿਹਦੇ ਲਈ ਸਾਡੀਆਂ ਇਹ ਜਥੇਬੰਦੀਆਂ ਸੰਸਥਾਵਾਂ ਇਹਨਾਂ 'ਤੇ ਇਹ ਜ਼ਿੰਮੇਵਾਰ ਨੇ, ਮੈਂ ਸਮਝਦਾ ਕਿ ਇਹਨਾਂ
ਇੰਨਾ ਪ੍ਰਚਾਰ ਜਿਨ੍ਹਾਂ ਨੇ ਕੀਤਾ ਉਹ ਗੁਰਬਾਣੀ ਦੇ ਕੀਰਤਨ ਦੇ ਮਾਹਰ ਅਤੇ ਸੇਵਾਦਾਰ ਜਿਹੜੇ ਨੇ ਉਹਨਾਂ ਨੇ ਵੱਖ ਵੱਖ ਸ਼ਬਦਾਂ ਨੂੰ ਸੰਗਤਾਂ ਤੱਕ ਪਹੁੰਚਾਇਆ। ਅੱਜ ਵੀ ਉਹਨਾਂ ਦੀਆਂ ਟੇਪਾਂ ਸੁਣ ਕੇ ਬਹੁਤ ਸਾਰਿਆਂ ਨੇ ਆਪਣੇ ਜੀਵਨ 'ਚ ਤਬਦੀਲੀ ਲਿਆਂਦੀ ਨਵੇਂ ਸ਼ਬਦ ਸੁਣ ਕੇ, ਅਤੇ ਅੱਜ ਵੀ ਉਹ ਵਿਆਖਿਆ ਸੁਣ ਲਓ ਤਾਂ ਆਨੰਦ ਆਉਂਦਾ। ਭਾਈ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ, ਉਹਨਾਂ ਦੀ ਬੜੀ ਵੱਡੀ ਦੇਣ ਹੈ, ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਕੌਮ ਦੇ ਸਾਡੇ ਕੀਰਤਨੀਏ ਨਵੇਂ ਸ਼ਬਦ ਗਾਇਨ ਕਰਨ, ਬਾਣੀ ਵਿਚਾਰ ਕਰਨ, ਅਗਾਂਹ ਤੋਂ ਅਗਾਂਹ ਤੁਰਨ, ਤਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ, ਕਿਉਂਕਿ ਉੱਥੋਂ ਹੀ ਸਭ ਕੁਛ ਮਿਲਣਾ। ਪਰ ਆਸਾ ਜੀ ਦੀ ਵਾਰ ਦਾ ਮਤਲਬ ਇਹ ਨਹੀਂ ਕਿ ਆਸਾ ਜੀ ਦੀ ਵਾਰ ਤੋਂ ਬਾਅਦ ਅਸੀਂ ਬਾਕੀ ਅਰਥ ਨਹੀਂ ਕਰਨੇ, ਬਲਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਹੌਲੀ ਹੌਲੀ ਅਸੀਂ ਅਰਥ ਵਿਚਾਰਨੇ। ਬਹੁਤ ਧੰਨਵਾਦ ਸਾਹਿਬ, ਸ਼ੁਕਰੀਆ ਜੀ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।